المحمود في كل حين وان والمنعم المذكور في جميع الزهور والأكمام نحمده ولا بعد اتفقنا بهذا ونصلي على رسوله الكريم وعلى آله الطيبين الطاهرين وعلى صحابه وأزواجه وأحبائه أجمعين بعد أعوذ بالله من الشيطان الرجيم بسم الله الرحمن الرحيم قد جاءكم من الله نور وكتاب مبين صدق الله مولانا العظيم وعن علمة السادية قال صلي يا مرضي فإنه سيكون له شان صدق نبيه الكريم ونحن على ذلك من الشاهدين والشاكرين والمطمئنين الآمنين وإذا قال في شان حبيبه محضرا وامرا إن الله وملائكته يصلون على النبي يا أيها الذين آمنوا صلوا عليه وسلموا تسليما صفر والله صل على سيدنا ومولانا وعلى آل سيدنا ومولانا محمد وبارك وسلم وصل عليه الصلاة والسلام عليك يا رسول الله سيدنا ومولانا محمد كما تحب وترضى بها المصلي وعلى آله بقدر جاهه وجلاله بعزه ونواله وجوده وكماله وبره ونواله وعلى وارث حاله وبارك وسلم وصلي عليه وصلي على جميع الأنبياء والمرسلين وعلى آل طاعتك وطاعتهم أجمعين برادران دینی و یقینی ماہ مبارک گزریا ہے اور یہ وہ سعادت بھرا مہینہ ہے جیدی 12 یا 8 تاریخ نو صبح صادق دے وقت تے آفتاب رسالت طلوع ہویا اور ساری دنیا نے اودیا ضیاء باریاں تو فائدہ اٹھایا قیامت تک اٹھاندی رہے گی اج بھی ان ضیاء باریاں حکومت دیاں ایمانا چ
ਦਫਾਤਰ ਚ, ਸ਼ਹਿਰਾਂ ਚ, ਕਸਬਿਆਂ ਚ ਤਾਲੀਮ ਯਾਫਤਾ ਔਰ ਗੈਰ ਤਾਲੀਮ ਯਾਫਤਾ ਲੋਕਾਂ ਦੇ ਅੰਦਰ ਅੱਜ ਵੀ ਉਸੀ ਆਫਤਾਬ ਰਸਾਲਤ ਦੀਆਂ ਜ਼ਿਆਬਾਰੀਆਂ ਨੂੰ ਦੀਨ ਬੁਲੰਦ ਹੋ ਰਿਹਾ ਹੈ ਔਰ ਅੱਲਾ ਦੇ ਫਜ਼ਲੋ ਕਰਮ ਨਾਲ ਇਸਲਾਮ ਨੂੰ ਬੁਲੰਦੀਆਂ ਹਾਸਿਲ ਹੋ ਰਹੀਆਂ ਹਨ। ਅੱਲਾ ਕਰਕੇ ਹੋਰ ਹਾਸਿਲ ਹੋਣਾ ਦੁਆ। ਇਹ ਉਹ ਵਜੂਦ ਏ ਗ੍ਰਾਮੀ ਏ, ਇਹ ਉਹ ਸਾਦਤ ਭਰਾ ਵਜੂਦ ਏ ਜਿਹਦੇ ਮੁਤਲਕ ਜਨਾਬੇ ਸ਼ਿਫਾ ਆਖੋ ਰਜ਼ੀ ਅੱਲਾਹ ਤਾਲਾ ਅਨਹਾ ਹਜ਼ੂਰ ਦੀ ਥੋੜੀ ਜਿਹੀ ਸ਼ਿਫਾ ਯਾਬੀ ਤੇ 9 ਊਂਟ ਜ਼ਬਾ ਕੀਤੇ। ਕਿਤਨੇ? 9 ਕਾਦੇ ਤੇ ਸ਼ਿਫਾ ਯਾਬੀ ਤੇ, ਕਿ ਸ਼ੁਕਰ ਹੈ ਰੱਬ ਨੇ ਆਪਣੇ ਮਾਬੂਦ ਨੂੰ ਕੁਝ ਸਿਹਤ ਬਖਸ਼ੀ। ਔਰ 27 ਸਫ਼ਰ ਨੂੰ ਬੀਬੀ ਪਾਕਾ ਨੇ ਵੀ ਉਸ ਖੁਸ਼ੀ 'ਚ ਕੋਈ ਥੋੜ੍ਹੀ ਜਿਹੀ ਚੋਰੀ ਬਣਾਈ ਹੈ, ਜਿਹਦੀ ਤਕਰੀਬ ਵਿੱਚ ਅੱਜ ਕੱਲ੍ਹ ਵੀ ਸਾਡੇ ਤਮਾਮ ਇਲਾਕੇ 'ਚ ਉਸ ਪਠਾਣਾ ਦੇ ਮੁਲਕ 'ਚ ਉਹਨੂੰ ਚੂਰੀ ਰੋਜ਼ਾ ਆਖਦੇ। ਕਿਹੜਾ ਰੋਜ਼ਾ? ਬੀਬੀਆਂ ਚੂਰੀ ਬਣਾਉਂਦੀਆਂ ਨੇ, ਗਰੀਬਾਂ ਮਸਕੀਨਾਂ 'ਚ ਤਕਸੀਮ ਕਰਦੀਆਂ। ਇੱਕ ਮਿੱਠੀ ਸ਼ੀਰੀਨੀ ਹੈ ਹਜ਼ੂਰ ਦੀ ਸ਼ਿਫਾ ਵੇਲੇ ਬੀਬੀ ਪਾਕਾ ਜਨਾਬੇ ਆਸ਼ਾ ਸਦੀਕਾ ਨੇ ਕੁੱਟੀ ਅਤੇ ਲੋਕ ਉਹਦੀ ਤਕਲੀਫ ਕਰਦੇ ਨੇ। ਲੇਕਿਨ ਇਹਦੇ ਨਾਲ ਨਾਲ ਤੁਸੀਂ ਵੇਖਿਆ ਵੀ ਇਸ ਮੁਬਾਰਕ ਮਹੀਨੇ ਦੀ 12 ਰਬੀਉਲ ਅੱਵਲ ਨੂੰ ਜਸ਼ਨੇ ਈਦ ਮਿਲਾਦ ਉਨ ਨਬੀ ਦੇ ਮਾਟੂ ਲਗਾਏ ਗਏ, ਇਸ਼ਤਿਹਾਰ ਸ਼ਾਇਆ ਕੀਤੇ ਗਏ, ਕੌਮ ਨੇ ਦਰਵਾਜ਼ੇ ਬਣਾਏ, ਝੰਡੀਆਂ ਲਗਾਈਆਂ ਔਰ ਉਸ ਖੁਸ਼ੀ 'ਤੇ ਤਕਰੀਬ ਵਿੱਚ ਖਾਣੇ ਤਕਸੀਮ ਕੀਤੇ ਨੇ। ਔਰ ਇਹ ਖੁਸ਼ੀ ਕਿਉਂ ਕੀਤੀ ਗਈ, ਇਹ ਤਕਰੀਬਾਂ ਕਿਉਂ ਮਨਾਈਆਂ ਗਈਆਂ, ਇਹ ਇਸ਼ਤਿਹਾਰ ਕਿਉਂ ਛਪੇ, ਇਹ ਬੈਨਰ ਕਿਉਂ ਤਿਆਰ ਹੋਏ? ਹਰ ਆਦਮੀ ਨੇ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਆਮਦ ਦੀ ਖੁਸ਼ੀ ਮਨਾਈ। ਅਤੇ ਆਖੋ ਇਹ ਕੌਮ ਜਿਤਨੀ ਵੀ ਮਨਾਵੇ ਫਿਰ ਵੀ ਥੋੜ੍ਹੀ, ਜਿਤਨੀ ਮਨਾਵੇ ਕਿਉਂ? ਪਹਿਲੇ ਅੰਬੀਆ ਦੀਆਂ ਉਮਤਾਂ ਦੇ ਵਿਚਕਾਰ ਦੀਨ ਬੜਾ ਔਖਾ ਹੈ, ਕੱਪੜਾ ਪਲੀਤ ਹੋ ਜਾਂਦਾ ਜਦ ਤੱਕ ਕੱਟਿਆ ਨਾ ਜਾਏ ਪਾਕ ਨਹੀਂ ਹੁੰਦਾ, ਜਿਸਮ ਵਿੱਚ ਪਲੀਤੀ ਲੱਗ ਜਾਂਦੀ ਹੈ ਜਦ ਤੱਕ ਖੁਰਚੀ ਨਾ ਜਾਏ ਜਿਸਮ ਪਾਕ ਨਹੀਂ ਹੁੰਦਾ। ਅੱਲਾ ਦੇ ਹਬੀਬ ਦੀ ਆਮਦ ਨਾਲ ਸਾਡੇ ਵਾਸਤੇ ਦੀਨ ਆਸਾਨ ਬਣਾ ਦਿੱਤਾ। ਅਗਰ ਖੜੇ ਹੋ ਕੇ ਨਮਾਜ਼ ਨਹੀਂ ਪੜ੍ਹ ਸਕਦਾ ਤੇ ਬੈਠ ਕੇ ਪੜ੍ਹੇ, ਬੈਠ ਕੇ ਨਹੀਂ ਪੜ੍ਹ ਸਕਦਾ, ਲੇਟ ਕੇ ਪੜ੍ਹੇ, ਲੇਟ ਕੇ ਨਹੀਂ ਪੜ੍ਹ ਸਕਦਾ, ਇਸ਼ਾਰਾ ਨਾਲ ਪੜ੍ਹੇ, ਕਹਿੰਦੇ ਸੁਭਾਨ ਕਰ ਦਿੱਤੇਗਾ। ਇਹ ਹਾਲ ਹੈ ਮੁਸਾਫਰ ਰੋਜ਼ਾ ਦੂਜਿਆਂ ਵਕਤਾਂ 'ਚ ਪੂਰਾ ਕਰ ਲਵੇ। ਇਸੀ ਤਰੀਕੇ ਨਾਲ ਕਿਸਾ ਲਹਾਜ਼ਾ ਦੂਜੇ ਨੇਕ ਉਮੂਰ ਜਿਹਨਾਂ ਤੋਂ ਹੁਣ ਹੌਲੇ ਹੌਲੇ ਮੁਸਲਮਾਨ ਵਾਕਫ ਹੁੰਦੇ ਚਲੇ ਜਾ ਰਹੇ ਹਨ। ਹੈ ਤਾਂ ਪਹਿਲੋਂ ਵੀ ਪਰ ਕੁਝ ਦੀਨ ਅੱਗੇ ਅੱਗੇ ਹੋ ਜਾਣਾ। ਅੱਲਾ ਕਰਕੇ ਆਫਤਾਬ ਰਸਾਲਤ ਦੀਆਂ ਜ਼ਿਆਬਾਰੀਆਂ ਪਾਕਿਸਤਾਨ 'ਤੇ ਹੋਰ ਕਾਇਮ ਰਹਿਣ, ਜੇ ਕੌਮ ਇਸਲਾਮ ਤੋਂ ਜ਼ਿਆਦਾ ਵਾਕਫ ਤੋਂ ਜਨਾਬੇ ਸ਼ਿਫਾ ਉਸ ਨੇਕ ਬੀਬੀ ਜੀ ਦਾ ਇਤਨਾ ਬਤਲੇ ਜਲੀਲ ਫਰਜ਼ੰਦ ਆਖਾ ਰਹੇ ਜਿਹਨਾਂ ਦਾ ਨਾਂ ਅਬਦੁਲ ਰਹਿਮਾਨ ਇਬਨੇ ਔਫ ਯਾਕੂਬ ਰਜ਼ੀ ਅੱਲਾਹੁ ਤਾਲਾ ਅਨਹੁ, ਇਹ ਉਹ ਸਿਹਾਬੀ ਜਿਹਨਾਂ ਨੇ ਹਜ਼ੂਰ ਦੀ ਸਿਹਤ ਦੀ ਖੁਸ਼ੀ 'ਚ 9 ਊਂਟ ਦਬਾ ਕੀਤੇ। ਉਹਨਾਂ ਦੀਆਂ ਵਾਲਦਾ ਰਿਵਾਇਤ ਕਰਦੀਆਂ ਕਿ ਜਿਸ ਵੇਲੇ ਹਜ਼ੂਰ ਮਹਬੂਬ ਰੱਬੁਲ ਆਲਮੀਨ ਜਨਾਬੇ ਆਮਨਾ ਦੇ ਜਿਸਮ ਤੋਂ ਅਲਹਦਾ ਹੋਏ ਤੇ ਮੇਰੇ ਹੱਥਾਂ ਨੇ ਹਜ਼ੂਰ ਨੂੰ ਚੁੱਕਿਆ।
ਬਰਿਆਂ ਦੀਆਂ ਉਸ ਵੇਲੇ ਇਤਨਾ ਦੂਰ ਨਿਕਲਿਆ ਜੇ ਮੇਰੇ ਸਾਹਮਣੇ ਮੁਲਕੇ ਸ਼ਾਮ ਦੇ ਕਿਸਰਾ ਦੇ ਮਹਾਲ ਮੈਨੂੰ ਨਜ਼ਰ ਆਉਣ ਲੱਗ ਪਏ। ਫਰਮਾਂਦੀਆਂ ਇਤਨੀ ਨੂਰਾਨੀਅਤ ਫੈਲੀ ਜੇ ਮਸ਼ਰਕ ਦੇ ਮਗਰਬ ਰੋਸ਼ਨ ਹੋ ਤੇ ਜਨਾਬੇ ਬੀਬੀ ਆਮਨਾ ਵੀ ਫਰਮਾਂਦੀਆਂ ਕਿ ਹਜ਼ੂਰ ਅਲੈਹਿ ਸਲਾਤੁ ਤਸਲੀਮਾਤ ਜਿਸ ਵੇਲੇ ਜ਼ਮੀਨੇ ਦੁਨੀਆਂ ਤੇ ਤਸ਼ਰੀਫ ਲਿਆਇਆ ਮੇਰਾ ਘਰ ਨੂਰ ਨਾਲ ਭਰ ਗਿਆ, ਨੂਰਾਨੀਅਤ ਫੈਲ ਗਈ, ਬੀਬੀ ਸ਼ਫਾ ਫਰਮਾਂਦੀਆਂ ਉਸ ਵੇਲੇ ਸਿਤਾਰੇ ਇਤਨੇ ਨੇੜੇ ਆ ਗਏ ਜੇ ਮੈਂ ਸਮਝਦੇ ਸਾਂ ਜੇ ਹੁਣ ਕਿਸੇ ਚਾਹ ਵਿੱਚ ਇਸੀ ਮੈਂ ਪੰਜਾਬੀ ਲਫ਼ਜ਼ ਇਸਤੇਮਾਲ ਕੀਤਾ ਇਸੀ ਚਾਹ ਵਿੱਚ ਜ਼ਮੀਨ ਤੇ ਗਿਰ ਪਾਉਣ। ਦੋ ਚੀਜ਼ਾਂ ਸਾਰੇ ਮੁਹੱਦਸੀਨ ਦਾ ਇਤਫਾਕ ਹੈ ਜੀ, ਹਜ਼ੂਰ ਕਦੋਂ ਪੈਦਾ ਹੋਏ ਆਖੋ ਦੁਸ਼ਮਬੇ ਤੇ ਉਹਦਾ ਦੂਜਾ ਕੀ ਨਾਮ ਹੈ ਆਖੋ ਸੋਮਵਾਰ ਤੇ ਕਿਹੜੇ ਮਹੀਨੇ ਚ ਪੈਦਾ ਹੋਣ ਆਖੋ ਰਬੀਉਲ ਅੱਵਲ। ਇਖਤਲਾਫ ਹੈ ਮੁਹੱਦਸੀਨ ਦਾ, ਕੋਈ ਕਹਿੰਦੇ ਨੇ 12 ਰਬੀਉਲ ਅੱਵਲ ਨੂੰ ਜ਼ਮੀਨੇ ਦੁਨੀਆਂ ਤੇ ਤਸ਼ਰੀਫ ਲਿਆਏ ਤੇ ਕੋਈ ਆਖਦੇ ਨੇ ਜੀ 8 ਰਬੀਉਲ ਅੱਵਲ ਨੂੰ, ਮਗਰ ਕਸਰਤ ਨਾਲ ਰਵਾਇਤਾਂ ਕ੍ਰਿਸ਼ਤੀਆਂ ਆਖੋ ਜੀ 12 ਰਬੀਉਲ ਅੱਵਲ। ਜਨਾਬੇ ਸ਼ਿਫਾ ਫਰਮਾਉਂਦੀਆਂ ਵੀ ਉਸ ਵੇਲੇ ਸਿਤਾਰੇ ਚਮਕ ਰਹੇ ਤੇ ਮੁਹੱਦਸੀਨ ਇਖਤਲਾਫ ਕਰਦੇ ਜੀ ਹਜ਼ੂਰ ਰਾਤ ਨੂੰ ਪੈਦਾ ਹੋਏ ਕਿ ਦਿਨ ਨੂੰ। ਇਤਫਾਕ ਇਸ ਤੇ ਹੋਇਆ ਜੀ ਹਜ਼ੂਰ ਸੁਬਾਹ ਸਾਦਿਕ ਵੇਲੇ ਪੈਦਾ ਹੋਏ। ਕਿਹੜੇ ਵੇਲੇ? ਕਿਹੜੇ ਵੇਲੇ? ਉਸ ਵੇਲੇ ਹਾਲੀ ਤਾਰੇ ਪਾ ਚਮਕਦੇ ਹੁੰਦੇ ਨੇ ਤੇ ਵੇਲਾ ਉਹ ਬੜਾ ਚੰਗਾ ਹੁੰਦਾ ਹੈ। ਪੰਜਾਬੀ ਚ ਉਸ ਵੇਲੇ ਨੂੰ ਤੁਸੀਂ ਕਿਹੜਾ ਵੇਲਾ ਆਖਦੇ ਹੋ ਜੀ? ਨੂਰ ਪੀਰ ਦਾ ਵੇਲਾ। ਕਿਹੜਾ ਵੇਲਾ? ਕਿਹੜਾ ਵੇਲਾ? ਨੂਰ ਪੀਰ ਦਾ ਪੀਰਾ ਤੇ ਪੀਰਾਂ ਦਾ ਪੀਰ ਵੀ ਸੀ ਵੇਲੇ ਕਾਨਾ ਤੇ ਅੱਧੀ ਤੇ ਤਸ਼ਰੀਫ ਲਿਆਇਆ ਜਿਸ ਵੇਲੇ ਦੁਨੀਆ ਇੰਤਹਾਈ ਜਹਾਲਤ ਵਿੱਚ ਵੱਡੀ ਹੋਈ ਸੀ। ਅਲਾਮਾ ਮਰਹੂਮ ਫਰਮਾਂਦੇ ਬਿਖਰਾ ਪੜਾ ਤਾ ਸਫਾ ਗੀਤੀ ਕਾ ਹਰ ਵਾਰ ਸ਼ਿਰਾਜ਼ਾ ਬੰਦੇ ਦਹਿਰੇ ਪਰੇਸ਼ਾਨ ਤੁਮੀ ਤੋ। ਇਹ ਮੇਰੇ ਆਕਾ ਮੌਲਾ ਜਿਹੜੀ ਇਨਸਾਨੀ ਜ਼ਿੰਦਗੀ ਉਹਦਾ ਵਰਕਾ ਵਰਕਾ ਹੋ ਚੁੱਕਾ ਸੀ, ਤੁਸੀਂ ਆ ਕੇ ਇਨਸਾਨਾਂ ਦੀ ਜ਼ਿੰਦਗੀ ਦੇ ਵਰਕੇ ਇਕੱਠੇ ਕਰਕੇ ਕਿਤਾਬ ਬਣਾ। ਬਨੀ ਅਦੀ ਨੇ ਆਪਣਾ ਵਰਕਾ ਚੁੱਕਾਇਆ ਸੀ, ਬਨੂ ਕੈਸ ਨੇ ਆਪਣਾ ਚੁੱਕਿਆ ਸੀ, ਬਨੂ ਹਾਸ਼ਮ ਨੇ ਆਪਣਾ ਚੁੱਕਿਆ ਸੀ। ਆਪਣੇ ਆਪਣੇ ਕਬੀਲੇ ਦੇ ਅਸਰ ਤੇ ਸ਼ਰਫ ਬਿਆਨ ਕੀਤੇ ਜਾਂਦੇ ਸਨ। ਅੱਲਾਹ ਦੇ ਹਬੀਬ ਨੇ ਆ ਕੇ ਫਰਮਾ ਅਲਾ ਕੁੱਲੁਕੁਮ ਬਨੂ ਆਦਮ, ਖਬਰਦਾਰ ਹੋ ਜਾਓ ਤੁਸੀਂ ਸਾਰੇ ਅੱਲਾਹ ਦੇ ਆਦਮ ਚੁੱਕੀ ਬਣਾ ਦਿਓ, ਤਾਂ ਕੋ ਭਾਈ ਬਣਾ। ਉਹ ਜਿਹੜੀਆਂ ਜਹਾਲਤ ਦੀਆਂ ਵੰਡਾਂ ਸਨ ਉਹਨੂੰ ਤੋੜ ਦਿੱਤੀਆਂ। ਅੱਲਾਹ ਦੇ ਹਬੀਬ ਦੁਨੀਆਂ ਦੇ ਉੱਤੇ ਤਸ਼ਰੀਫ ਲਿਆ ਤੇ ਜਨਾਬੇ ਸ਼ਿਫਾ ਫਰਮਾਉਂਦੀਆਂ ਵੀ ਉਹ ਸਭ ਤੋਂ ਪਹਿਲੇ ਮੇਰੇ ਹੱਥਾਂ ਤੇ ਆਏ ਤੇ ਨੂਰਾਨੀਅਤ ਇਤਨੀ ਫੈਲੀ ਜੇ ਮੈਨੂੰ ਕਿਸਰਾ ਦੇ ਮਹਾਲ ਨਜ਼ਰ ਆ ਗਏ ਮੁਲਕੇ ਸ਼ਾਮ ਦੇ। ਤੇ ਇਹ ਜਿਹੜੀ ਮੈਂ ਹਦੀਸ ਪੇਸ਼ ਕੀਤੀ ਇਹ ਮੁਤਫਕ ਹਦੀਸ ਹੈ, ਸਾਡੇ ਬਰੇਲਵੀ ਹਜ਼ਰਾਤ ਦੇ ਨਜ਼ਦੀਕ ਵੀ ਤੇ ਉਲਮਾਏ ਦਿਓਬੰਦ ਵੀ ਮੰਨਦੇ ਨੇ। ਮੌਲੀ ਅਸ਼ਰਫ ਅਲੀ ਥਾਨਵੀ ਆਪਣੀ ਕਿਤਾਬ ਨਸ਼ਰੁਦੀ ਵਿੱਚ ਇਹਨੂੰ ਜ਼ਿਕਰ ਕੀਤਾ ਹੈ ਨੂਰਾਨੀਅਤ ਦੇ ਮੁਤਲਕ। ਤੇ ਅੱਲਾਹ ਵੀ ਫਰਮਾਨ ਕਾ ਜਾ ਕੁਮ ਮਿਨ ਅੱਲਾਹ ਨੂਰੁਮ ਵ ਕਿਤਾਬੁਮ, ਤੁਹਾਡੇ ਕੋਲ ਅੱਲਾਹ ਦੀ ਤਰਫੋਂ ਨੂਰ ਆਇਆ ਤੇ ਖੁੱਲੀ ਕਿਤਾਬ ਆਇਆ। ਨੂਰ ਦੇ ਤਾਂ ਮਸ਼ਹੂਰ ਮੁਫਸਰ ਜਲਾਲੈਨ ਲਿਖਦੇ ਨੂੰ ਕਿ ਉਹ ਨੂਰ ਕੌਣ ਆਇਆ ਹੋਵਾ ਨਬੀ ਸੱਲੱਲਾਹੁ ਅਲੈਹਿ ਵਸੱਲਮ। ਆਪ ਫਰਮਾਉਂਦੀਆਂ ਜਨਾਬੇ ਸ਼ਿਫਾ ਪਈਆਂ ਰਿਵਾਇਤ ਕਰਦੀਆਂ ਨੇ ਕਿ ਹਜ਼ੂਰ ਮੇਰੇ ਹੱਥਾਂ 'ਤੇ ਆਇਆ, ਨੂਰਾਨੀਅਤ ਫੈਲੀ। ਅੱਲਾਹ ਰੱਬੁਲ ਇੱਜ਼ਤ ਨੇ ਫਿਰ ਹਜ਼ੂਰ 'ਤੇ ਕਰਮ ਫਰਮਾਇਆ। ਇਹ ਜਿਹੜੇ ਬਾਹਰੋਂ ਕਮਾਲੀਏ ਤੋਂ ਤੇ ਦੂਰ ਤੋਂ ਮਹਿਮਾਨ ਆ ਰਹੇ ਹਨ, ਦੋਸਤੋ ਇਹਨਾਂ ਨੂੰ ਜਗ੍ਹਾ ਦਿਓ ਜੀ, ਜੁਮੇ ਸ਼ਰੀਫ ਹੋ ਜਾਣ, ਬੜੇ ਥੱਕਿਆ। ਆ ਦਰਵਾਜ਼ੇ ਕੋਲ ਆਉਣੇ ਵਾਲੇ ਲੋਕ ਥੋੜ੍ਹਾ ਥੋੜ੍ਹਾ ਅੱਗੇ ਇਸ਼ਾਰਾ ਕਰੋ, ਗੋਲ ਮਸਜਿਦ ਛੋਟੀ ਹੈ। ਅੱਲਾਹ ਦਿਲ ਖੁੱਲ੍ਹੇ ਰੱਖੇ, ਅੱਲਾਹ ਦਿਲ ਖੁੱਲ੍ਹੇ ਰੱਖੇ। ਮੈਂ ਵੇਖਿਆ ਹਰਮ ਪਾਕ ਇੱਕ ਹਾਜੀ ਦੂਜੀ ਹਾਜੀ ਨੂੰ ਕੋਲ ਨਹੀਂ ਬੈਠਣ ਦਿੰਦਾ,
ਇੰਜ ਮਾਰਦਾ ਗੁੱਠ ਰੱਖ ਕੇ ਉਹਨੂੰ ਅੱਗੇ ਛਿੱਕਦਾ। ਮੈਂ ਉਹਨੂੰ ਅੱਜ ਹੀ ਨਹੀਂ ਪੁੱਛਿਆ ਅਰਬੀ ਨੂੰ ਵੀ ਇਹਨੂੰ ਕਿਉਂ ਅੱਗੇ ਤਿੱਕਣਾ, ਆਖਣ ਲੱਗਾ ਇਸ ਮੇਰੀ ਜਗ੍ਹਾ ਤੰਗ ਕਰ ਦਿੱਤੀ। ਮੈਂ ਆਖਿਆ ਤੂੰ ਇੱਥੇ ਕੋਠਾ ਬਣ। ਬਣਾ ਕਫੀ ਮਕਾਮਿਨ ਮਕਾਮਨ, ਇੱਥੇ ਕੁਝ ਤਾਮੀਰ ਕਰਨੀ। ਮੇਰੇ ਪੁੱਤਰੋ ਅੱਲਾ ਦਿਲ ਖੁੱਲੇ ਕਰੇ, ਅੱਲਾ ਦੂਰ ਦੀਆਂ ਜਮਾਤਾਂ ਨੂੰ, ਮੇਰੀ ਸਿਹਤ ਕਮਜ਼ੋਰ ਹੈ, ਕੁਝ ਹਰ ਰੋਜ਼ ਦੇ ਨਵੇਂ ਵਾਕਿਆਤ ਵੀ ਤੰਗ ਕਰਦੇ ਰਹਿੰਦੇ ਨੇ। ਅੱਜ ਹੁਣ ਇੱਥੇ ਮੈਨੂੰ ਅੱਲਾ ਦੇ ਹਬੀਬ ਦਾ ਤਸਰਫ ਹੀ ਲੈ ਕੇ ਆਇਆ। ਗੱਡੀ ਰਾਤ ਨੂੰ 7 ਵਜੇ ਖਰਾਬ ਹੋ ਗਈ, ਇੱਥੋਂ ਆਉਣ ਵਾਸਤੇ ਭੇਜੀ, ਉਹਨਾਂ ਪਾਣੀ ਮਾਰ ਦਿੱਤਾ, ਉਹਦੇ ਪਲੱਗਾਂ ਚਲਾ ਗਿਆ, ਉਹ ਸਟਾਰਟ ਨਾ। ਡਰਾਈਵਰ ਨੂੰ ਮਕੈਨਿਕ ਟੁੱਟਣ ਵਾਸਤੇ ਭੇਜਿਆ, ਉਹਨੇ ਦੇਰ ਲਾ ਦਿੱਤੀ। ਰੱਬ ਨੇ CID ਦੇ ਥਾਣੇਦਾਰ ਨੂੰ ਤੌਫੀਕ ਬਖਸ਼ੀ, ਉਹ ਮੇਰੇ ਕੋਲ ਆਇਆ, ਉਹਨੇ ਪਲੱਗ ਪਲੁੱਗ ਪੁੱਛੇ, ਅਸਾਂ ਕੁਝ ਧਿੱਕਾ ਦਿੱਤਾ, ਕੁਝ ਅੱਗੇ ਲੈ ਗਿਆ, ਕੁਝ ਕੋਠੀ ਪਹੁੰਚ ਗਏ। ਸੁਬਾਹ ਫਿਰ ਪਰੇਸ਼ਾਨ ਸਾਂ, ਰੱਬ ਨੇ ਅਸਬਾਬ ਬਣਾ ਦਿੱਤੇ। ਪਹਿਲੇ ਲਾਲਪੁਰ ਟੈਲੀਫੋਨ ਕੀਤੀ ਕਿ ਮੈਂ ਬੱਸ 'ਤੇ ਆ ਜਾਵਾਂ, ਟ੍ਰੇਨ 'ਤੇ ਆ ਜਾਣਾ, ਉੱਥੇ ਕੋਈ ਗੱਡੀ ਭੇਜ ਦਿਓ ਜਿਹੜੀ ਮੈਨੂੰ ਸਤਿਆਨੇ ਲੈ ਜਾਵੇ। ਅਤੇ ਦੁਬਾਰਾ ਫਿਰ ਪੁੱਛੋ, ਜਿਸ ਵੇਲੇ ਉਹਨੇ ਮੇਰੇ ਕੋਲ 9:15 ਪੁੱਛਿਆ, ਮੈਂ ਆਖਿਆ ਗੱਡੀ ਸਟਾਰਟ ਹੋ ਚੁੱਕੀ, ਹੁਣ ਦੁਆਵਾਂ ਮੰਗੋ ਜੇ ਖਰੀਅਤ ਨਾਲ ਮੈਨੂੰ ਲੈ ਆਵੇ। ਦੋ ਚੀਜ਼ਾਂ ਮੈਨੂੰ ਔਖਾ ਕਰਦੀਆਂ ਨੇ, ਇੱਕ ਲੋਕਾਂ ਦਾ ਮਿਲਣਾ, ਲੋਕਾਂ ਦਾ ਮੁੜ ਮੁੜ ਕੇ ਮੁਸਾਫਾ ਕਰਦੇ। ਮੈਂ ਤਾਂ ਅੱਗੇ ਥੱਕਿਆ ਟੁੱਟਿਆ ਹੋਣਾ। ਪਰਸੋਂ ਰਾਤ ਨੂੰ ਮੈਂ ਅਹਿਮਦਾਬਾਦ ਤਕਰੀਰ ਕਰ ਰਿਹਾ ਸਾਂ, ਅਥਾਹ ਮਜਮਾ ਸੀ। ਮੈਂ ਉਹਨਾਂ ਨੂੰ ਆਖਿਆ ਸਾਰੇ ਵੀਰਾਂ ਨੂੰ ਤੁਸੀਂ ਉਹਨਾਂ ਦੀ ਸਿਰਫ ਜ਼ਿਆਰਤ ਕਰਦੇ ਹੋ ਅਤੇ ਮੇਰਾ ਪਤਾ ਲੱਗ ਜਾ ਅਤੇ ਕੁਰਸੀਆਂ ਪਾ ਲੈਂਦੇ ਹੋ ਅਤੇ ਮੈਂਬਰ ਸਜਾ ਲੈਂਦੇ ਹੋ, ਮੈਨੂੰ ਵੀ ਜ਼ਿਆਰਤ 'ਚੋਂ ਕਈ ਰੱਖ ਛੋੜੋ, ਅਤੇ ਮੈਂ ਬੁੱਢਾ ਹੋ ਗਿਆ। ਮੇਰੀ ਜ਼ਿੰਦਗੀ ਦੀਆਂ ਪਿਛਲੀਆਂ ਤਕਰੀਰਾਂ ਜਦ ਮੈਂ ਪੈਦਲ ਚੱਲ ਚੱਲ ਕੇ ਸਫ਼ਰ ਕੀਤੇ, ਘੋੜਿਆਂ 'ਤੇ ਕੀਤੇ, ਛੋਟੇ ਪਾਈ ਨਹੀਂ ਕੀਤੀ। ਮੈਂ ਆਖਿਆ ਫਰਿਸ਼ਤਿਆਂ ਕੋਲੋਂ ਟੇਪਾ ਮੰਗ ਲਾ ਅਤੇ ਉਹ ਲਾ ਲਾ। ਮੇਰੇ ਦੋਸਤੋ, ਅੱਲਾ ਹਬੀਬ ਦੇ ਸਦਕੇ ਤੌਫੀਕਾਂ ਦਿੰਦਾ ਰਹੇ, ਪਰ ਬਹੁਤਾ ਮੈਨੂੰ ਤੰਗ ਨਾ ਕੀਤਾ ਕਰੋ। ਕੀ ਤੰਗ ਨਾ ਕੀਤਾ ਕਰੋ, ਇਨਸ਼ਾ ਅੱਲਾ ਮੇਰੀ ਕੋਸ਼ਿਸ਼ ਹੈ ਵੀ ਹਰ ਬਸਤੀ ਨੂੰ 2-2, 4-4 ਮਿੰਟ ਮਿਲਣ। ਮੈਂ ਹਰ ਘਰ ਨਹੀਂ ਜਾ ਸਕਦਾ, ਹਰ ਘਰ ਨਹੀਂ ਜਾ ਸਕਦਾ, ਥੋੜ੍ਹਾ ਥੋੜ੍ਹਾ ਵਕਤ ਬਸਤੀਆਂ ਨੂੰ ਮਿਲਦਾ ਰਹਿੰਦਾ, ਮੈਂ ਮਿਲਦੇ ਰਹੀਏ, ਕੁਝ ਮੁਹੱਬਤ ਉਜਾਗਰ ਹੁੰਦੀ ਰਹੇ। ਅਤੇ ਹੁਣ ਵੀ ਮੁਰੀਦ ਸਿਆਣੇ ਰਹੇ, 30-40 ਸਾਲਾਂ 'ਚ ਕਦੋਂ ਹੋਣਗੇ? ਤਵੱਜੋ ਦਿਓ, ਮਸਲਾ ਦੇ ਨਿੱਜ ਵਿਸਾਓ ਕਿ ਹਜ਼ੂਰ ਮਹਬੂਬੇ ਰੱਬ ਆਲਮੀਨ ਦੇ ਮੁਤਲਕ ਰਵਾਇਤ ਕਰਦੀਆਂ ਜਨਾਬੇ ਹਲੀਮਾ, ਜਿਹੜੀ ਮੈਂ ਹਦੀਸ ਪੜ੍ਹੀ। ਆਖੋ ਹਲੀਮਾ ਤਾਂ ਸਾਦੀਆ ਰਜ਼ੀ ਅੱਲਾਹ ਤਾਲਾ, ਆਪ ਰਵਾਇਤ ਫਰਮਾਉਂਦੀਆਂ ਕਿ ਅਸੀਂ ਬਨੂ ਸਾਦ ਦੀਆਂ ਬੀਬੀਆਂ। ਸਾਡਾ ਮਾਮੂਲ ਇਹ ਆਇਆ ਕਿ ਅਸੀਂ ਹਰ ਸਾਲ ਮੱਕਾ ਪਾਕ ਜਾਂਦੀਆਂ ਹੀ ਹਾਂ, ਉਸ ਮਖਸੂਸ ਮੌਸਮ ਵਿੱਚ ਉਮਰਾਏ ਮੱਕਾ ਦੇ ਬੱਚੇ ਲਿਆਉਂਦੀਆਂ ਜਾਂ ਉਹਨਾਂ ਨੂੰ ਦੁੱਧ ਦਿੰਦੀਆਂ ਜਾਂ ਦੁੱਧ ਦੀ ਮੁੱਦਤ ਖਤਮ ਹੁੰਦੀ ਹੈ ਅਤੇ ਵਾਪਸ ਮਾਂ ਬਾਪ ਨੂੰ ਲੌਟਾਉਂਦੀਆਂ, ਉਹ ਸਾਨੂੰ ਕੁਝ ਇਨਾਮੋ ਇਕਰਾਮ ਦਿੰਦੇ ਸਨ ਅਤੇ ਸਾਡਾ ਸਾਲ ਜੁੱਦੇ ਨਾਲ ਗੁਜ਼ਾਰਾ ਹੁੰਦਾ ਰਹਿੰਦਾ ਸੀ। ਆਖੋ ਕਿਹੜਾ ਵੇਲਾ, ਆਖੋ ਜੀ ਸਸਤਾ ਵੇਲਾ, ਕਿਹੜਾ ਵੇਲਾ, ਕੁਝ ਲੱਭਦਾ ਸੀ ਉਹਦੇ ਨਾਲ ਕਰਦੇ ਨਿਜ਼ਾਮ ਚੱਲਦੇ ਸਨ। ਫਰਮਾਇਆ ਬਨੂ ਸਾਦ ਦੀ ਬੀਬੀਆਂ ਨਾਲ ਤਿਆਰ ਹੋਏ ਅਤੇ ਮੇਰਾ ਖਾਵੰਦ ਵੀ ਨਾਲ ਤਿਆਰ ਹੋਇਆ। ਮੈਂ ਦਰਾਜ਼ ਗੋਸ਼ ਤੇ ਸਵਾਰ ਹੋਈ, ਕਹਦੇ ਤੇ ਉੱਚਾ ਕਹ, ਇਹ ਜਿਹੜੀ ਊਠਣੀ ਦੀ ਲੋਕਾਂ ਨੇ ਰਵਾਇਤ ਕੀਤੀ ਹੈ, ਕੋਲੋਂ ਹੀ ਕੱਢੀ ਹੋਈ। ਦਰਾਜ਼ ਗੋਸ਼ ਤੇ ਸਵਾਰ ਹੋਈ, ਮੇਰਾ ਦਰਾਜ਼ ਗੋਸ਼ ਮੱਠਾ ਬੜਾ ਟੁੱਟਦਾ ਹੈ, ਦੂਜੀਆਂ ਬੀਬੀਆਂ ਹਾਂ ਕਾਂਗ ਕੇ ਉਸਨੂੰ ਕਾਫਲੇ ਨਾਲ ਮਿਲਾਉਂਦੀਆਂ ਸਨ। ਆਖਿਰ ਅਸੀਂ ਮੱਕਾ ਮੁਕਰਮਾ ਪਹੁੰਚ ਗਏ, ਆਪਣੇ ਅਸੀਂ ਡੇਰੇ ਲਗਾਏ ਅਤੇ ਹੁਣ ਬੱਚਿਆਂ ਦੀ ਤਲਾਸ਼ ਵਿੱਚ ਨਿਕਲ ਖੜੀਆਂ। ਫਰਮਾਉਂਦੀਆਂ ਨੇ ਭਾਈ ਮੇਰੇ ਕੋਲ ਬੀਬੀਆਂ ਦੀਆਂ ਸਵਾਰੀਆਂ ਚੰਗੀਆਂ, ਉਹਨੂੰ ਥੱਕੀਆਂ ਘੱਟ ਸਨ, ਥੱਕੀਆਂ ਘੱਟ ਸਨ, ਹੁਣ ਜਲਦੀ ਜਲਦੀ ਗਈਆਂ। ਉਹਨਾਂ ਨੇ ਮੁਖਤਲਿਫ ਘਰਾਂ ਦੇ ਬੱਚੇ ਵੇਖੇ,
ਤੇ ਕੁਝ ਕਬੂਲ ਕਰ ਲੈ ਤੇ ਲੈ ਆਇਆ ਮੇਰੇ ਮੈਂ ਚੁੱਕੇ ਆਖਰ ਸਾਹ ਤੇ ਥੱਕੀ ਵੀ ਬੜੀ ਸਾਂ ਜੇ ਸਵਾਰੀ ਮਾੜੀ ਸੀ ਤੇ ਨਾਲੇ ਮੇਰਾ ਘਰ ਦਾ ਹਾਲ ਵੀ ਚੰਗਾ ਤੇ ਕਹਦਾ ਹੈ ਕਿ ਉਹ ਪਰਾਗੰਦਾ ਰੋਜ਼ੀ ਪਰਾਗੰਦਾ ਦਿਲ ਜਿਹਦੀ ਰੋਜ਼ੀ ਪਰਾਗੰਦਾ ਹੋਵੇ ਉਹਦਾ ਦਿਲ ਵੀ ਪਰਾਗੰਦਾ ਹੁੰਦਾ ਹੈ ਖੁਦਾ ਬੰਦੇ ਦੌਲਤ ਪਾਕ ਮੁਸਤਾ ਦਿਲ ਪਰਾਗੰਦਾ ਰੋਜ਼ੀ ਪਰਾਗੰਦਾ ਦਿਲ ਇਸ ਵਾਸਤੇ ਕੁਝ ਪਰੇਸ਼ਾਨ ਵੀ ਹਰ ਸਮਾਂ ਹੌਲੇ ਹੌਲੇ ਗਈ ਹਰ ਘਰ ਚੋਂ ਪਤਾ ਲੱਗਾ ਵੀ ਇਹ ਵੀ ਬੱਚਾ ਲੈ ਗਈਆਂ ਨੇ ਵੀ ਲੈ ਗਈਆਂ ਆਖਰ ਪਤਾ ਲੱਗਾ ਵੀ ਇੱਕ ਬੱਚਾ ਜਿਹਨੂੰ ਕਿਸੇ ਨੇ ਨਹੀਂ ਫੜਿਆ ਮੈਂ ਪਹੁੰਚੀ ਪਤਾ ਲੱਗਾ ਵੀ ਇਹ ਬੱਚਾ ਯਤੀਮ ਇਹ ਬੱਚਾ ਇਹ ਬੱਚਾ ਤੇ ਹਜ਼ੂਰ ਮਹਬੂਬ ਰੱਬੁਲ ਆਲਮੀਨ ਹਾਲੀ ਸ਼ਿਕਮੇ ਮਾਦਰ ਚ ਪਹੁੰਚੇ ਸਨ ਦੋ ਮਹੀਨੇ ਗੁਜ਼ਰੇ ਸਨ ਕਿ ਉਹਨਾਂ ਦੇ ਵਾਲਦ ਮੋਹਤਰਮ ਮਦੀਨਾ ਤੈਬਾ ਗਏ ਤੇ ਉੱਥੇ ਇੰਤਕਾਲ ਹੋ ਗਿਆ ਤੇ ਹਜ਼ੂਰ ਮਹਬੂਬ ਰੱਬੁਲ ਆਲਮੀਨ ਜਿਸ ਵੇਲੇ 7 ਬਰਸ ਦੇ ਹੋਏ ਤੇ ਮਾਂ ਲੈ ਕੇ ਮਦੀਨਾ ਤੈਬਾ ਗਈ ਤੇ ਵਾਪਸ ਲੋਟੀ ਮੱਕਾ ਤੇ ਮਦੀਨਾ ਤੈਬਾ ਦੇ ਦਰਮਿਆਨ ਮਕਾਮੇ ਅਬਾਸ ਮਾਂ ਦਾ ਵੀ ਇੰਤਕਾਲ ਆਪਣੀ ਵਾਲਦਾ ਦਾ ਦੁੱਧ ਕਿਤਨੇ ਦਿਨ ਪੀਤਾ ਆਖੋ ਜੀ 6 ਜਾਂ 7 ਮੇਰੀਆਂ ਆਵਾਜ਼ਾਂ ਤੁਹਾਡੇ ਤੱਕ ਵੀ ਜਾਂਦੀਆਂ ਜੀ 6 ਜਾਂ 7 ਦਿਨ ਫਿਰ ਬੀਬੀਆਂ ਲੈਣ ਚ ਨਹੀਂ ਆਉਂਦੀਆਂ ਜਨਾਬੇ ਹਲੀਮਾ ਫਰਮਾਉਂਦੀਆਂ ਨੇ ਮੈਂ ਗਈ ਹੋਰ ਤੇ ਬੱਚਾ ਨਾ ਹੋਰ ਕੋਈ ਨਾ ਆਇਆ ਤੇ ਇਹੀ ਇੱਕ ਬੱਚਾ ਯਤੀਮ ਕੋਲੋਂ ਤੇ ਮੈਂ ਸੋਚਿਆ ਵੀ ਇਸ ਕੋਲੋਂ ਮੁੜ ਕੇ ਲੱਭਣਾ ਕੀ ਸੋਚਿਆ ਇਹਦੇ ਕੋਲੋਂ ਇਹ ਬੜਾ ਧੋਖਾ ਜੇ ਇਸੇ ਚਲੋ ਖਾਇਓ ਧੋਖਾ ਗਰੀਬ ਨਾਲ ਦੋਸਤੀ ਪਾਉਂਦੇ ਸੀ ਇਹਨੇ ਜੇ ਗੱਲ ਕਦੇ ਨਾ ਲਿਆ ਮੈਨੂੰ ਇਹਦੇ ਕੋਲ ਕੀ ਲੱਭਣਾ ਅੱਲਾਹ ਖਾਦਰ ਕਰੀ ਫਰਮਾਉਂਦੀਆਂ ਨੇ ਆਖਿਰ ਕੋਈ ਨਾ ਬੱਚਾ ਮਿਲਿਆ ਮੈਂ ਆਪਣੇ ਖਾਨ ਨਾਲ ਮਸ਼ਵਰਾ ਕੀਤਾ ਵੀ ਮੈਂ ਇਹ ਬੱਚਾ ਲੈ ਲੈਂਦੀ ਹਾਂ ਇਹ ਦਾਦਾ ਦੀ ਜਿਹੜੇ ਕਿਫਾਲਤ ਹੈ ਤੇ ਇਹਦੀ ਦੁੱਧ ਪਿਲਾਵਾਂਗੀ ਖਾਣ ਲਿਆ ਕੇ ਚੰਗਾ ਲੱਗਾ ਫਰਮਾਉਂਦੀਆਂ ਜਿਸ ਵੇਲੇ ਮੈਂ ਦੁਬਾਰਾ ਗਈ ਪਹਿਲਾਂ ਵੀ ਜਿਹੜੀ ਇਨਕਾਰ ਕਰ ਦਿੱਤਾ ਜਨਾਬੇ ਆਮਨਾ ਆਮਨਾ ਰਜ਼ੀ ਅੱਲਾਹ ਤਾਲਾ ਅਨਹਾ ਫਰਮਾਉਂਦੀਆਂ ਕਿ ਸੱਲੀ ਜਾਂ ਮੁਰਦਿਆ ਤਾਂ ਫਾਈਨਲ ਸਯਕੂਨ ਲਹੂ ਸੁਨਾਹ ਕਮਾ ਖਾਲ ਇਹ ਦੁੱਧ ਦੇਣ ਵਾਲੀ ਆ ਇਹ ਬੱਚਾ ਮੇਰੇ ਕੋਲ ਮੰਗ ਲੈ ਬੱਚਾ ਮੇਰੇ ਕੋਲੋਂ ਬੜਾ ਜਲਦੀ ਇਹ ਸ਼ਾਨਾ ਵਾਲਾ ਬੜਾ ਜਲਦੀ ਇਹ ਸ਼ਾਨਾ ਵਾਲਾ ਆਪ ਫਰਮਾਉਂਦੀਆਂ ਤੇ ਇਸ ਤੋਂ ਉੱਤੇ ਬੀਬੀ ਪਾਕ ਨੇ ਮੇਰਾ ਨਾਂ ਜ਼ਿਕਰ ਕੋਈ ਨਾ ਜੇ ਯਕੀਨ ਤੇ ਮੁਹੱਦਿਸ ਸਿੰਘ ਲਿਖਦੇ ਨੇ ਕਿ ਬੀਬੀ ਨੇ ਸਮਝ ਲਿਆ ਅੰਮੀ ਜੀ ਨੇ ਜਨਾਬੇ ਆਮਨਾ ਨੇ ਵੀ ਮੈਂ ਤਾਰੀਫ ਕਰਨੀ ਮੁਸ਼ਕ ਤੇ ਹੁੰਦਾ ਹੈ ਜਿਹੜਾ ਆਪ ਆਖੇ ਜਿਹੜੀ ਮੁਸ਼ਕਾਨਸ ਕੇ ਖੁਦ ਵੀ ਹੋਇਆ ਜਨਾ ਕਿ ਹਜ਼ਾਰ ਵੀ ਹੋਇਆ ਇਸ ਵਾਸਤੇ ਬੱਚਾ ਮੇਰੇ ਹਵਾਲੇ ਕਰ ਦਿੱਤਾ ਜਿਸ ਵੇਲੇ ਬੱਚੇ ਨੂੰ ਲੈ ਕੇ ਤੇ ਮੈਂ ਉਸ ਬੱਚੇ ਨੂੰ ਆਪਣੇ ਦੁੱਧ ਤੇ ਪਾਇਆ ਤੇ ਉਹਨਾਂ ਨੇ ਮੇਰੇ ਸੱਜੇ ਪਾਸੋਂ ਦੁੱਧ ਪੀਤਾ ਖੜੇ ਪਾਸੋਂ ਤੇ ਉਹਦੇ ਭਾਈ ਨੂੰ ਮੈਂ ਚੁੱਕਿਆ ਤੇ ਉਹਨੇ ਖੱਬੇ ਪਾਸੋਂ ਦੁੱਧ ਪੀਤਾ ਇਸੇ ਕਰ ਲੈ ਕੀ ਆਖਿਆ ਤੇ ਅਦਲ ਕਾਇਮ ਕਰਨ ਦਾ ਫਰਮਾਇਆ ਜਦ ਤੱਕ ਹਜ਼ੂਰ ਨੇ ਮੇਰਾ ਦੁੱਧ ਪੀਤਾ ਕਦੇ ਖੱਬੇ ਪੈਰੀ ਤੇ ਦੁੱਧ ਨਹੀਂ ਪੀਤਾ ਬੇਚਾ ਦੁੱਧੇ ਤੋਂ ਹੀ ਮਸਜਿਦ ਵਿੱਚ ਦਾਖਲ ਹੋ ਕੇ ਸੱਜਿਆ ਪੈਰ ਪਾਓ ਖਾਣਾ ਖਾਓ ਤੇ ਸੱਜੇ ਹੱਥ ਨਾਲ ਖਾਓ ਔਰ ਫਿਰ ਕੱਪੜਾ ਪਹਿਨੋ ਤਾਂ ਪਹਿਲਾਂ ਸੱਜੇ ਪਾਸੇ ਚਪਹਿਨੋ ਫਰਮਾ ਸੱਜੇ ਚ ਬਰਕਤ ਦੇ ਸੱਜੇ ਚ ਅੱਲਾਹ ਦੇ ਹਬੀਬ ਨੇ ਸੱਜੇ ਪਾਸੋਂ ਦੁੱਧ ਪੀਤਾ ਤੇ ਦੂਸਰੇ ਭਾਈ ਨੇ ਤਾਂ ਇਹਨੇ ਖੱਬੇ ਪਾਸ ਪੀਤਾ ਪਹਿਲੋਂ ਮੇਰਾ ਦੁੱਧ ਇਤਨਾ ਘੱਟ ਆਇਆ ਵੀ ਮੈਂ
ਉਸ ਪਹਿਲੇ ਬੱਚੇ ਨੂੰ ਰਾਤੀ ਸੁਆ ਨਹੀਂ ਸਕਦੀ, ਸਾਰੀ ਰਾਤ ਰੋਂਦਾ ਰਹਿੰਦਾ ਤੇ ਮੇਰੀ ਨੀਂਦਰ ਖਰਾਬ ਹੋ ਗਈ, ਮੇਰਾ ਦੁੱਧ ਇਤਨਾ ਥੋੜਾ। ਪਰਮਾਤਮਾ ਜਿਸ ਵੇਲੇ ਇਸ ਪਾਕ ਬੱਚੇ ਨੂੰ ਆਪਣਾ ਦੁੱਧ ਦਿਖਾ ਮਨੋਚਨਾ ਦਿੰਦਾ, ਉਹਨੇ ਵੀ ਰੱਜ ਕੇ ਪੀਤਾ ਤੇ ਰਜਾਈ ਭਾਈ ਨੇ ਵੀ ਰੱਜ ਕੇ ਪੀਤਾ। ਮੈਂ ਸਮਝ ਗਈ ਵੀ ਇਹ ਸ਼ਾਨਾ ਵਾਲਾ ਬਰਕਤ ਦਾ ਮਜਮੂਆ ਹੈ। ਪਰਮਾਤਮਾ ਨੂੰ ਬੜੀ ਖੁਸ਼ੀ ਹੋਈ। ਜਿਸ ਵੇਲੇ ਅਸੀਂ ਵਾਪਸ ਲੋਟਣ ਲੱਗੇ ਵਿਦੇਸ਼ਾਂ ਦੀਆਂ ਹੁੰਦੀਆਂ, ਤੇ ਮੈਂ ਵੀ ਆਪਣੇ ਦਰਾਜਗੋਸ਼ ਤੇ ਉਸ ਬਜ਼ੁਰਗ ਨੂੰ ਲੈ ਕੇ ਸਵਾਰ ਹੋਈ ਤੇ ਉਸ ਬੱਚੇ ਨੂੰ ਕਰਵਾਉਂਦੇ ਨੂੰ ਦਰਾਜਗੋਸ਼ ਕਿਤਨਾ ਝਿਕਾ ਆ ਗਿਆ। ਜੇ ਕਾਫਲੇ ਦੀਆਂ ਬੀਬੀਆਂ ਮੈਨੂੰ ਵਾਜਾ ਮਾਰਦੀ ਨੂੰ ਮੱਠਾ ਕਰ, ਮੈਨੂੰ ਮੱਠਾ ਕਰ। ਪਰਮਾਤਮਾ ਛਿਕ ਛਿਕ ਕੇ ਚਲਾਉਂਦੀ ਸਾਂ, ਉਹ ਮੰਦਰ ਦੇ ਫੌਰਨ ਰਵਾਨਾ ਹੋਣ ਤੋਂ ਬਾਅਦ ਆਪਣੇ ਮੁਕਾਮ ਤੇ ਪਹੁੰਚਿਆ। ਮੈਂ ਘਰ ਗਈ ਤੇ ਮੇਰੇ ਬਾਰੇ ਹੈਰਤ ਵੀ ਉਲਾਹ ਲਏ, ਉਹ ਜਿਹੜੀਆਂ ਮੇਰੀਆਂ ਉੱਚੀਆਂ ਕੰਨੇ ਥੋੜ੍ਹਾ ਥੋੜ੍ਹਾ ਦੁੱਧ ਦਿੰਦੇ ਨੇ, ਸਾਡੀ ਜ਼ਰੂਰੀਆਤ ਪੂਰੀਆਂ ਨਹੀਂ ਕਰਦੀਆਂ ਨੇ। ਕਦਮ ਰੱਖਣ ਤੋਂ ਬਾਅਦ ਉਹਨਾਂ ਦੇ ਥੱਲੇ ਇਤਨਾ ਦੁੱਧ ਉਤਰਾਇਆ ਜੇ ਸਾਡੇ ਘਰ ਦੇ ਬਰਤਨ ਭਰ। ਫਰਮਾਇਆ ਬਨੀ ਸਾਹਿਬ ਦੀਆਂ ਬੀਬੀਆਂ ਆਪਣੇ ਮੁਲਾਜ਼ਮਾਂ ਨੂੰ ਤੇ ਘਰਾਂ ਵਾਲਿਆਂ ਨੂੰ ਤਾਕੀਦ ਕਰਦੀਆਂ ਵੀ ਤੁਸੀਂ ਵੀ ਊਠ ਉੱਥੇ ਚੜਾਓ ਜਿੱਥੇ ਹਲੀਮਾਂ ਦੇ ਉੱਤੇ। ਫਰਮਾ ਭੁੱਲ ਗਈ ਸਮਝਦੀ ਸੀ ਵੀ ਘਾਹ ਨਾਲ ਦੁੱਧ ਮੁੱਲਦਾ ਨਹੀਂ, ਦੁੱਧ ਵਰਤਦਾ। ਮੀਨਾਦ ਦੇ ਕਿਉਂ ਬੈਨਰ ਲਗਾਉਂਦੇ, ਇਹ ਕਿਉਂ ਬਸਤੀਆਂ ਜਲੂਸ ਕੱਢਦੀਆਂ, ਇਹ ਕਿਉਂ ਰਾਤੀ ਸੀਰਤ ਦੇ ਨਬੀ ਤੇ ਤਕਰੀਰਾਂ ਕੀਤੀਆਂ ਜਾਂਦੀਆਂ। ਤੇ ਹਜ਼ੂਰ ਦੇ ਜ਼ਿਕਰ ਨਾਲ ਬਰਕਤ ਹੁੰਦੀ ਕਿ ਨਹੀਂ? ਆਖੋ ਜੀ ਬੜੀ ਜ਼ਿਕਰੇ ਹਬੀਬ ਕਮ ਨਹੀਂ ਬਸਲੇ ਹਬੀਬ ਸੇ। ਤੇ ਹਜ਼ੂਰ ਦਾ ਚਰਚਾ ਕਰਕੇ ਸਰਾਜ ਪੜ੍ਹ ਕੇ ਦਰੂਦ ਦੇ ਤੋਹਫੇ ਭੇਜ ਕੇ ਹਜ਼ੂਰ ਦੀ ਸ਼ਾਨ ਬਿਆਨ ਕਰਕੇ, ਖੁਲਕ ਬਿਆਨ ਕਰਕੇ, ਸੀਰਤ ਬਿਆਨ ਕਰਕੇ ਕੀ ਹੁੰਦਾ? ਆਖੋ ਜੀ ਅਸੀਂ ਬਰਕਤ ਪਾਣੀ ਕੀ ਮੰਨਿਆ ਅੱਲਾਹ ਹਬੀਬ ਦੇ ਸਦਕੇ ਇਸ ਕੁਮਤ ਨੂੰ ਕਿਆਮਤ ਤੱਕ ਤੌਫੀਕ ਦਿੱਤੀ ਰੱਖੇ। ਜ਼ਿਕਰੇ ਹਬੀਬ ਕਰਦੇ ਰਹਿਣ, ਜ਼ਿਕਰੇ ਹਬੀਬ ਕਰਦੇ ਰਹਿਣ, ਅੱਲਾਹ ਦੇ ਹਬੀਬ ਦਾ ਜ਼ਿਕਰ ਉੱਠਦੇ ਬੈਠਦੇ ਜਾਰੀ ਰਵੇ, ਇਸੇ ਜ਼ਿਕਰ ਕਿਹੜਾ ਕਰ ਸਕਦਾ ਹੈ? ਆਖੋ ਜੀ ਨੂੰ ਮੁਹੱਬਤ ਨਾਲ ਜ਼ਿਕਰ ਹੁੰਦਾ ਹੈ ਕਿ ਮੁਹੱਬਤ ਕਿਹਨੂੰ ਆਖੂ ਜਿਹੜਾ ਹਜ਼ੂਰ ਅਲੈਹ ਸਲਾਮ ਦੀ ਤਾਬੇਦਾਰੀ ਦੀ ਕੋਸ਼ਿਸ਼ ਹੈ। ਅਰਬੀ ਦਾ ਕਾਇਦਾ ਕਿ ਜਿਹੜਾ ਜਿਸ ਨਾਲ ਮੁਹੱਬਤ ਕਰਦਾ ਉਹਦੀ ਤਾਬੇਦਾਰੀ, ਤੇ ਜੇ ਹਜ਼ੂਰ ਨਾਲ ਮੁਹੱਬਤ ਹੈ ਤੇ ਜਿਹੜਾ ਆਪਣੇ ਆਪ ਨੂੰ ਉਹ ਜਾਂ ਸੁਨਣ ਦਾ ਤਾਬੇਦਾਰ ਬਣਾਉਂਦਾ ਹੈ ਅੱਲਾਹ ਦੇ ਹਬੀਬ ਨੂੰ, ਉਹਦੀਆਂ ਮੁਹੱਬਤ ਦੀਆਂ ਗੱਲਾਂ ਤੇ ਕਰਮ ਤੇ ਰਹਿਮ ਆਉਂਦਾ ਤੇ ਉਹਦੇ ਘਰ ਖਾ ਉਹਦੇ ਬਰਕਤ ਨਾਲ ਭਰ ਜਾਂਦੀਆਂ। ਤੇ ਮਸਲਾ ਇਲਾਕ ਰੱਖਿਓ, ਕਦੇ ਕੋਈ ਤਕਲੀਫ ਦੂਰ ਕਰਾਉਣੀ ਹੋਵੇ ਤੇ ਕੀ ਕਰਿਆ ਕਰੋ, ਘਰ ਚ ਮਹਿਫਲੇ ਮਿਲਾਪ ਕਰੋ, ਮਹਿਫਲੇ ਮਿਲਾਪ ਨਾਲ ਬਲਾਵਾਂ ਰੱਦ ਹੁੰਦੀਆਂ ਤੇ ਬਰਕਤਾਂ ਮਾਰ ਦੋ। ਕਿਉਂ ਮਾਰੇ ਨਹੀਂ ਤਾਂ ਮਜ਼ਬੂਰ ਇੱਕ ਤਾਬੀ ਦੇ ਮੁਤਲਕ ਵਾਕਿਆ ਕਿ ਜਿਹਨੂੰ ਤਿੰਨ ਤਕਲੀਫਾਂ ਦੇ ਰੱਖੇ ਸੀ, ਕੁਝ ਪੈਸਿਆਂ ਦੀ ਆਜ਼ਾਦੀ ਦਾ ਵਾਅਦਾ ਕਰਮਾਨਾ ਸਿੰਘ ਨੂੰ ਰਹਿਣ ਦਾ ਘਰ ਲੱਗ ਗਿਆ। ਉਹਨੇ ਹਜ਼ੂਰ ਦਾ ਮਿਲਾਪ ਕਰਾ, ਹਜ਼ੂਰ ਦਾ ਮਿਲਾਪ ਦੇ ਪਾਕ ਦਾ ਸਰਵਾ ਸਭ ਤੋਂ ਪਹਿਲੇ ਮਾਲਕ ਮੁਸਲਮਾਨ ਦਾ, ਫਿਰ ਉਹਨੇ ਉਹਨੂੰ
ਆਜ਼ਾਦ ਕੀਤਾ ਕੁਝ ਰਕਮ ਦੇ ਬਦਲੇ ਤੇ ਫਿਰ ਉਹਨੂੰ ਘਰ ਵੀ ਲੱਗ ਗਿਆ ਘਰ ਵੀ ਮੇਰੇ ਦੋਸਤੋ ਮਿਲਾਪ ਦੀਆਂ ਬੜੀਆਂ ਬਰਕਤਾਂ ਅੱਲਾ ਕਰਕੇ ਘਰ ਜ਼ਿਕਰ ਹਬੀਬ ਨਾਲ ਭਰਿਆ ਰਵੇ ਤੇ ਉਹਨੂੰ ਬਰਕਤਾਂ ਨਾਲ ਆਉਂਦੀਆਂ ਰਵਨ ਤੇ ਬੀਬੀ ਪਾਕਾ ਨੇ ਤਾਂ ਕੁਝ ਨਾ ਦੱਸਿਆ ਪਰ ਬੀਬੀ ਹਲੀਮਾ ਆਖਦੀ ਹੈ ਮੁਸ਼ਕ ਨੇ ਆਪ ਹੀ ਆਪਣੇ ਹਜ਼ੂਰ ਇੱਕ ਦਿਨ ਖੇਲਦੇ ਖੇਲਦੇ ਆਪਣੀ ਰਜ਼ਾਈ ਭੈਣ ਉਹਦਾ ਕੀ ਨਾਮ ਹੈ ਆਖੋ ਜਨਾਬੇ ਸ਼ਰਮਾ ਉਹਨਾਂ ਦੇ ਨਾਲ ਡੰਗਰਾਂ ਪਿੱਛੇ ਚੱਲੇ ਗਏ ਹਮੇਸ਼ਾ ਮੈਂ ਵੇਖਿਆ ਤੇ ਹਜ਼ੂਰ ਕੋਈ ਨਹੀਂ ਸੀ ਫਰਮਾਨੀਆਂ ਮੈਂ ਬੇਤਾਬਾ ਦੌੜੀ ਜਨਾਬੇ ਹਲੀਮਾ ਫਰਮਾਨੀ ਤੁਰਕੁੜਾ ਨਹੀਂ ਹੈ ਕਿਤੇ ਹਜ਼ੂਰ ਨੂੰ ਤੇਜ਼ ਤੁਰਕ ਲੱਗੇ ਨਾ ਕੁਰਬਾਨ ਜਾਵਾਂ ਭੈਣਾਂ ਨੂੰ ਨਹੀਂ ਵਜੂਦ ਸੀ ਜਨਾਬ ਦੀ ਫਿਕਰ ਆ ਬੀਬੀ ਪਾਕਾਂ ਨੂੰ ਫਰਮਾਨੀਆਂ ਮੈਂ ਦੌੜੀ ਦੌੜੀ ਗਈ ਮੈਂ ਜਾ ਕੇ ਸ਼ੀਮਾ ਨੂੰ ਗੁੱਸੇ ਹੋਈ ਗਈ ਇਸ ਭਾਈ ਨੂੰ ਨਾਲ ਕਿਉਂ ਲਿਆ ਜੀ ਬੜੀ ਸਫ਼ਰ ਤੋਂ ਉਹਨੇ ਆਖਿਆ ਵੀ ਸਫ਼ਰ ਹੋਏ ਤੁਰ ਲੱਗਦੀ ਆਖਿਆ ਲੱਗਦੀ ਨਹੀਂ ਨਿਕਲਿਆ ਬਾਹਰ ਤੇ ਬਦਲੀ ਨੇ ਛਾਇਆ ਰੱਖਿਆ ਜਦੋਂ ਟੁੱਟਦਾ ਬਦਲ ਚੰਗਾ ਜਿੱਥੇ ਖੜੋ ਜਾਂਦਾ ਬਦਲ ਖੜੋਦਾ ਫਰਮਾ ਕਿ ਇਹਨਾਂ ਨੂੰ ਤਾਂ ਦੁੱਖ ਲੱਗਦੀ ਫਰਮਾਨੀਆਂ ਕਿ ਮੈਨੂੰ ਮੇਰੀ ਬੇਟੀ ਨੇ ਦੱਸਿਆ ਬੇਟੀ ਨੂੰ ਮਾਰ ਦੋ ਸਫ਼ੈਦ ਕੱਪੜੇ ਵਾਲੇ ਉਠਾ ਕੇ ਲੈ ਗਏ ਫਰਮਾਨੀਆਂ ਮੈਂ ਕਿ ਹਜ਼ਰਤਾਂ ਦਾ ਚਿਹਰਾ ਦਰਾ ਗਲਤ ਸੀ ਚਿਹਰਾ ਦਰਾ ਗਲਤ ਸੀ ਮੈਂ ਪੁੱਛਿਆ ਕਿ ਕੀ ਹੋਇਆ ਫਰਮਾਇਆ ਦੋ ਸਫ਼ੈਦ ਹੋਸ਼ ਆਏ ਸਨ ਮੈਨੂੰ ਚੁੱਕ ਕੇ ਲੈ ਗਏ ਸਨ ਫਿਰ ਮੇਰਾ ਉਹਨਾਂ ਨੇ ਸੀਨਾ ਚਾਪ ਕੀਤਾ ਕੋਈ ਚੀਜ਼ ਕੱਢੀ ਹੈ ਤੇ ਕੁਝ ਰੱਖੀ ਹੈ ਤੇ ਫਿਰ ਜਨਾਬੇ ਹਲੀਮਾ ਫਰਮਾਨੀਆਂ ਨੇ ਉਸ ਜ਼ਮਾਨੇ ਦਾ ਵਾਕਾ ਜਾਂ ਦਰਦੂਰ ਨੂੰ ਇੱਕ ਦਫ਼ਾ ਆਪਣੀ ਵਾਰਤਾ ਨਾਲ ਮਿਲਾ ਕੇ ਤੇ ਫਿਰ ਮੈਂ ਲੈ ਗਈ ਸਾਂ ਜੇ ਮੇਰਾ ਦਿਲ ਜੁਦਾ ਕਰਨੇ ਤੇ ਕਰਦਾ ਨਹੀਂ ਸੀ ਜਿਹਦੇ ਨਾਲ ਮੇਰਾ ਘਰ ਖੈਰ ਤੇ ਬਰਕਤ ਨਾਲ ਬਣਿਆ ਰਿਹਾ ਉਹ ਤੋਂ ਦੁੱਧ ਪਿਆਣੇ ਦੀ ਤਾਂ ਪੂਰੀ ਹੋ ਗਈ ਪਰ ਪਰਵਰਿਸ਼ ਵਾਸਤੇ ਮੇਰਾ ਹੋਰ ਵੀ ਦਿਲ ਕਰਦਾ ਕਦੋਂ ਸੁਣੀ ਇਹ ਤੁਹਾਨੂੰ ਲੱਭਦੇ ਦੱਤੀ ਅੱਲਾ ਵਾਲਿਆ ਕੋਲੋਂ ਲੱਭਦਾ ਇਹ ਅੱਲਾ ਵਾਲਿਆ ਕੋਲੋਂ ਲੱਭਦਾ ਇਹ ਅੱਲਾ ਆਪਣੇ ਅਕੀਦੇ ਪੱਕੇ ਕਰਿਓ ਕੱਟਦਾ ਕੁਝ ਨਹੀਂ ਕਰਦਾ ਉਹਦੇ ਵਿੱਚ ਆਈ ਹੋਈ ਗੱਲ ਸੀ ਫਿਰ ਪਰਵਰਿਸ਼ ਵਾਸਤੇ ਲੈ ਗਈਆਂ ਜਿਸ ਵੇਲੇ ਇਹ ਵਾਕਿਆ ਸੁਣਿਆ ਤੇ ਜਨਾਬੇ ਹਲੀਮਾ ਡਰ ਗਈਆਂ ਵੀ ਇਹਨੂੰ ਆਸੇ ਹੋ ਤੇਰੇ ਜ਼ਬਾਨ ਤੇ ਕਲਮਾ ਕੋਈ ਨੀ ਕਹਿੰਦਾ ਹੈ ਮੈਂ ਕਿਹਾ ਫਿਰ ਤੂੰ ਕਿਉਂ ਡਰਨਾ ਹੈ ਨਸੀਬਾ ਅੱਲਾ ਹਬੀਬ ਦੇ ਸਦਕੇ ਮੁਸਲਮਾਨਾਂ ਨੂੰ ਤਬਾਹ ਨੂੰ ਪਰਸਤੀ ਤੋਂ ਬਚਾ ਲਿਆ ਪਰ ਫਿਰ ਅਨੁਭਵ ਤੇ ਮਾਵਾਂ ਕੱਲਾ ਉਂਡੇ ਬੋੜੇ ਸ਼ਾ ਬੋੜ ਸ਼ਾ ਟਿੱਕਰ ਸ਼ਾ ਨੇ ਹੱਥਾਂ ਕੁਝ ਨਾ ਕੁਝ ਜੋੜੀ ਜਮਾਈ ਹੋਈ ਵਹਿਮ ਤੇ ਪਾਣਾ ਮੈਂ ਤਰਜੀਦ ਕਰਦਾ ਚਲਾ ਜਾਣਾ ਚਲੋ ਅਲਹਮਦੁਲਿਲਾ ਕੁਲ ਜਾ ਮਹੱਬਤ ਵਰਦਾ ਹਕਮ ਲਾ ਕੇ ਬੀਬੀ ਪਾਕਾ ਫਰਮਾਨੀਆਂ ਨੂੰ ਮੈਂ ਜ਼ਰਾ ਡਰ ਗਈ ਬੀਬੀ ਪਾਕਾ ਫਰਮਾਨੀਆਂ ਕਿ ਮੈਂ ਜ਼ਰਾ ਡਰ ਗਈ ਮਾਂ ਕੋਲ
ਵੀ ਉਹਨਾਂ ਨੂੰ ਸੁੱਖ ਲੱਗਣਾ ਵੀ ਗਵਾਰਾ ਨਹੀਂ ਤੇ ਜ਼ਰਾ ਤਕਲੀਫ ਵੀ ਗਵਾਰਾ ਨਹੀਂ। ਸਾਡੇ ਕੋਲ ਕਦੇ ਅੰਦਰੂ ਤਕਲੀਫ ਹੋਵੇ ਤੇ ਫਿਰ ਗਵਾਰਾ ਹੈ। ਆਪਣੇ ਅੱਲਾ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਮਕੁਲ ਰੁਸਵਾ ਬਾਪੇ ਸੇ ਖਾਦਾ ਮਾਰਾ ਇਹ ਸਾਬਾ ਮਨ ਦੇ ਚਸ਼ਮੇ ਮੁਨਾਮੀ ਆ ਮੌਲਾ ਮੈਂ ਬੜਾ ਹੀ ਗੁਨਾਹਗਾਰ ਆ ਪਰ ਮੇਰਾ ਹਿਸਾਬ ਅੱਲਾ ਦੇ ਹਬੀਬ ਦੇ ਸਾਹਮਣੇ ਨਾ ਕਰਨਾ ਚਾਹੀਦਾ। ਹਜ਼ੂਰ ਨੂੰ ਤਕਲੀਫ ਹੋਵੇ ਤੂੰ ਮੇਰਾ ਮੁੱਤੀ ਨਹੀਂ ਤੇ ਅੱਲਾ ਦਾ ਹਾਲ ਹੈ। ਮਕਬੂਲ ਰੁਸਵਾ ਬਾਪੇ ਸੇ ਖਾਜਾ ਮਾਰਾ ਇਹ ਸਾਬਾ ਮਨ ਦੇ ਚਸ਼ਮੇ ਮੁਨਾਮੀ ਜੇ ਮੇਰਾ ਹਿਸਾਬ ਲੈਣੇ ਤੇ ਉਹਦੀ ਮਰਜ਼ੀ ਰੱਖੋ ਪਰ ਕਾਮਲ ਮੁਤਬੇ ਹੋਵੇ ਜਿਹੜਾ ਹਜ਼ੂਰ ਦੀ ਹਰ ਹਰ ਚੀਜ਼ ਦੀ ਤਾਬੇਦਾਰੀ ਕਿ ਮੈਂ ਹਜ਼ੂਰ ਨੂੰ ਲੈ ਕਰਕੇ ਉਹਨਾਂ ਦੀ ਵਾਲਦਾ ਮਸਲਾ ਮੰਗ ਕੋਲ ਪਹੁੰਚੀ ਬੀਬੀ ਸਾਹਿਬਾ ਇਹ ਇਤਿਹਾਸ ਪਈਆਂ ਫਰਮਾਣ ਲੱਗੀਆਂ ਤ੍ਰਿਖਾ ਲੈ ਕੀ ਫਰਮਾਣ ਲੱਗੀਆਂ ਕੀ ਮੇਰੇ ਕੋਲ ਕਦੇ ਦਸ ਹੁੰਦੇ ਤੋਂ ਤੁਹਾਡੇ ਤੋਂ ਕੁਰਬਾਨ ਨਾ ਕਰਦਾ ਜੀ ਰਵੱਈਆ ਨਹੀਂ ਇਹ ਕੁੜੀਆਂ ਮੁਹੱਬਤਾਂ ਹਜ਼ੂਰ ਕੋਲ ਕਾਲੀ ਕਰ ਨਹੀਂ ਸਮਝਣਾ ਕਿਹੜੀ ਮੁਹੱਬਤ ਬਣਾਵਾ ਕਿਉਂ ਸੱਚੀ ਕਿਹੜੀ ਸੱਚੀ ਤੇ ਪੱਕੀ ਹਜ਼ੂਰ ਮਹਬੂਬੇ ਰੱਬ ਆਲਮੀਨ ਤੇ ਅੱਲਾ ਦੇ ਹਬੀਬ ਨੇ ਫਰਮਾਇਆ ਸਿਆਬੀ ਨੇ ਪੁੱਛਿਆ ਯਾ ਹਜ਼ੂਰ ਅੱਲਾ ਇਹ ਬਖਸ਼ਿਸ਼ ਤੇ ਤੁਹਾਡੀ ਮੁਹੱਬਤ ਵਿੱਚ ਕੀ ਹਾਲ ਹੋਵੇਗਾ ਫਰਮਾਇਆ ਕੁਝ ਪਹਿਲੇ ਮੁਹੱਬਤ ਤੇ ਬਖਸ਼ਿਸ਼ ਵਿੱਚ ਪਿਛਲੇ
ਪਿਛਲੇ ਵੀ ਫਰਮਾਇਆ ਇਹ ਜੇ ਜਹਾਨ ਨਹੀਂ ਨਿਕਲਦੇ, ਫਰਮਾਇਆ ਮੌਤ ਤੇ ਜਾਨ ਵਿਕ ਕੇ ਵੀ ਉਹਨਾਂ ਨੂੰ ਮੇਰੀ ਜ਼ਿਆਰਤ ਨਸੀਬ ਹੋ ਜਾਏ ਤੇ ਤਦ ਵੀ ਵੇਚ ਦੇਣਗੇ ਇਹਦੇ ਉੱਤੇ ਦਾਅ ਤੇ ਲਾ ਦੇਣਗੇ ਜਿਸ ਮੇਰੀ ਜ਼ਿਆਰਤ ਹੋ ਜਾਵੇ। ਪਿਛਲਿਆਂ ਨੂੰ ਵੀ ਹੋਣਗੇ ਅੱਲਾ ਵੀ ਤੇ ਸੱਚੇ ਸਾਡੇ ਨਾਲ ਹਜ਼ੂਰ ਦੇ ਹੁਣ ਬਚ ਰੱਖੇ ਤੇ ਜਿਹੜੇ ਨਹੀਂ ਰੱਖਾਂਦੇ ਆਪੋ ਟਿੱਕੇ ਰਹਿ ਗਿਆ ਗਿਆ ਟਿੱਕੇ ਰਹਿ ਕਰਨ ਦੇ ਸਮਝ ਗਿਆ ਨਾ ਕਦੇ ਤੇ ਸਮਝ ਆਣ ਗਿਆ ਹਜ਼ੂਰ ਬਾਬੂ ਮੇਰੇ ਰੱਬ ਅਲਮੀਨ ਦੇ ਮੁਤਲਕ ਰਵਾਇਤ ਮੌਜੂਦ ਤੇ ਜੇ ਹਜ਼ੂਰ ਅੱਲਾ ਨੇ ਫਜ਼ੀਲਤਾਂ ਨਾਲ ਨਵਾਜ਼ਿਆ ਤੇ ਜਨਾਬੇ ਜਬਰੀਲ ਤੋਂ ਹਜ਼ੂਰ ਰਵਾਇਤ ਕਰਦੇ ਨੇ ਸਈਦ ਕਾਇਨਾਤ ਫਿਰ ਜਨਾਬੇ ਜਬਰੀਲ ਨੇ ਮੈਨੂੰ ਦੱਸਿਆ ਕਿ ਅੱਲਾ ਦੇ ਹਬੀਬ ਮੈਂ ਮਸ਼ਰਕ ਤੇ ਮਗਰਬ ਦੇ ਲੋਕ ਪੇ ਸਾਰਾ ਜਹਾਨ ਫਿਰਿਆ ਵਾ ਮੇਰੇ ਬੁਤਾ ਮਰਜ਼ੀਦਾ ਲੇਕਿਨ ਚੀਜ਼ ਨਹੀਂ ਕਰੀ ਇਹ ਮੇਰੇ ਮਾਬੂਬ ਤੂੰ ਵੱਖਰੀ ਚੀਜ਼ ਹੈ ਸਾਨੂੰ ਆਪਣੀਆਂ ਵੱਖਰੀਆਂ ਸਿਫਤਾਂ ਨਾਲ ਨਿਭਾ ਦਿਆ। ਅੱਲਾ ਦੇ ਹਬੀਬ ਨੂੰ ਜਨਾਬੇ ਜਬਰੀਲ ਨੇ ਦੱਸਿਆ ਵੀ ਮੈਂ ਮਸ਼ਰਕ ਮਗਰਬ ਫਿਰੀਏ ਤੁਹਾਡੇ ਤੋਂ ਅਫਜ਼ਲ ਮੈਨੂੰ ਕੋਈ ਨਜ਼ਰ ਨਹੀਂ। ਇਸ ਵਾਸਤੇ ਉਹ ਜਨਾਬੇ ਖਿਸਰਾ ਨੇ ਵੀ ਇਹਦਾ ਤਰਜਮਾ ਕੀਤਾ ਸਿਆਰ ਰੂਬਾ ਦੀਦਾ ਉਸਨੇ ਅਜਾਇਬ ਦੀਦਾ ਲੇਕਿਨ ਤੂੰ ਚੀਰੇ ਦੀਗਰੀ ਅੱਲਾ ਦੇ ਹਬੀਬ ਤੁਸੀਂ ਵੱਖਰੀ ਚੀਜ਼ ਹੋ ਤੂੰ ਅਸੀਂ ਇਹ ਕਿਉਂ ਮਹਿਫਲੇ ਮਿਲਾਦ ਮਨਾਉਂਦੇ ਹਾਂ ਇਸ ਮਹੀਨੇ 'ਚ ਕਿਉਂ ਜਲੂਸ ਨਿਕਲਦੇ ਇਸ ਮਹੀਨੇ 'ਚ ਕਿਉਂ ਜਲਸੇ ਆਉਂਦੇ ਇਸ ਮਹੀਨੇ 'ਚ ਕਿਉਂ ਬੈਨਰ ਲਗਾਏ ਜਾਂਦੇ ਨੇ ਜੇ ਅਸੀਂ ਹਜ਼ੂਰ ਦਾ ਜ਼ਿਕਰ ਕਰਕੇ ਉਸ ਬਰਕਤ 'ਤੇ ਬਰਕਤ ਅਤੇ ਰਹਿਮਤ 'ਤੇ ਮੁਸਤਹਿਕ ਬਣਨਾ ਚਾਹੁੰਦੇ ਹਾਂ ਜੀ ਉਹਦੇ ਸਦਕੇ ਸਾਨੂੰ ਗੁਲਾਮ ਜਾਣਾ ਜਿਹਨਾਂ ਜਿਹਨਾਂ ਨੇ ਇਸ ਜ਼ਿਕਰ ਨੂੰ ਕਾਇਮ ਰੱਖਿਆ ਅੱਲਾ ਦੇ ਉਹਨੂੰ ਰਹਿਮਤਾਂ ਅਤੇ ਬਦਲਾ ਅਤੇ ਬਰਕਤਾਂ ਨਾਲ ਲਿਵਾ ਲਿਆ। ਇਸ ਵਾਸਤੇ ਅੱਲਾ ਦੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀਆਂ ਬਹੁਤ ਸਾਰੀਆਂ ਤਾਰੀਫਾਂ ਫਰਮਾਈਆਂ ਸੋ ਦੋ ਚੀਜ਼ਾਂ 'ਚ ਕੌਮ ਰਵਾਤ ਮੁਹੱਦਸੀਨ ਮੁਤਫਿਕ ਹਨ ਕਿ ਹਜ਼ੂਰ ਸੋਮਵਾਰ ਵਾਲੇ ਦਿਨ ਪੈਦਾ ਹੋਏ ਅਤੇ ਮਾਹੇ ਰਬੀਉਲ ਅੱਵਲ ਪੈਦਾ ਹੋਏ। ਇਹਦੇ 'ਚ ਵੀ ਇਤਫਾਕ ਕੀਤਾ ਵਾ ਹਜ਼ੂਰ ਦੀ ਪੈਦਾਇਸ਼ ਸੁਬਾਹ 7 ਵਜੇ ਕਿਹੜੇ ਵੇਲੇ ਸੋ ਕਿ ਬੀਬੀ ਸ਼ਫਾ ਫਰਮਾਨੀ ਕਰੀਮ ਸੀ ਜੇ ਤਾਰੇ ਮੇਰੇ ਉੱਤੇ ਡਿੱਗੇ ਅਤੇ ਜਨਾਬੇ ਹਲੀਮਾ ਰਿਦਾਤ ਦੀ ਮੁਦਤ ਤੱਕ ਹਜ਼ੂਰ ਨੂੰ ਕੌਮ ਰੱਖਿਆ ਅਤੇ ਕਿਤਨੀ ਹਜ਼ੂਰ ਤੋਂ ਮੁਹੱਬਤ ਸੀ ਬੀਬੀ ਪਾਕਾ ਨੇ ਵੀ ਛੋੜ ਕੇ ਵੀ ਆਇਆ ਅਤੇ ਮੋੜ ਕੇ ਵੀ ਆਪ ਨੇ ਕਿਤਨੇ ਜ਼ਿਕਰ ਨਹੀਂ ਕੀਤਾ ਪਰ ਮੈਂ ਜਨਾਬੇ ਅਮਨਾ ਕੋਲ ਜਨਾ ਰੁਪਿਆ ਲਿਆ ਕਿਉਂ ਉੱਥੋਂ ਦਾ ਢਾਈ ਵਰਗ ਤਾਂ ਭਰ ਗਿਆ ਸੀ ਮੁਆਵਜ਼ੇ ਦੀ ਲੋੜ ਹੀ ਅਤੇ ਜਿਹਨਾਂ ਨੂੰ ਅੱਲਾ ਵਾਲਿਆਂ ਨਾਲ ਤਾਲੁਕ ਹੁੰਦਾ ਅਤੇ ਰਹਿਮਤਾਂ ਦਾ ਬਰਕਤਾਂ ਦਾ ਉਹਨਾਂ ਦਾ ਸਿਲਸਿਲਾ ਬਣ ਜਾਂਦਾ ਫਿਰ ਉਹਨਾਂ ਦੇ ਕੋਲ ਕਿਸੇ ਮੁਆਵਜ਼ੇ ਦੀ ਜ਼ਰੂਰਤ ਨਹੀਂ। ਅੱਲਾ ਹਬੀਬ ਦੇ ਸਦਕੇ ਇਸ ਮਾਹ ਮੁਬਾਰਕ ਦੇ ਸਦਕੇ ਔਰ ਇਸ ਰਬੀਉਲ ਅੱਵਲ ਸ਼ਰੀਫ ਦੇ ਸੁਹਾਣੇ ਜੁਮੇ ਦੇ ਸਦਕੇ ਅੱਲਾ ਸਾਨੂੰ ਸਾਰਿਆਂ ਨੂੰ ਹਜ਼ੂਰ ਦੀ ਮੁਹੱਬਤ ਦੇਵੇ ਔਰ ਹਜ਼ੂਰ ਦੀ ਇਤਾਤ ਸਾਡੇ ਨਸੀਬ ਕਰੇ ਕਿ ਅਸੀਂ ਕੌਲੋ ਅਮਲ ਦਾ ਤਜ਼ਾਦ ਹਟਾ ਦੇਈਏ ਪੈਦਾ ਕੌਲੋ ਅਮਲ ਦਾ ਤਜ਼ਾਦ ਯਾਨੀ ਜੋ ਕੁਝ ਆਖੀਏ ਉਂਝ ਕਰੀਏ ਜੇ ਦਾਵਾ ਮੁਹੱਬਤ ਦਾ ਕਰਨੇ ਆ ਤੁਸੀਂ ਕਰੀਏ ਵੀ ਜੇ ਕਦੇ ਉਹ ਨਾ ਕਰ ਸਕੀਏ ਤੇ ਫਿਰ ਕੌਲੋ ਅਮਲ ਦਾ ਤਜ਼ਾਦ ਰੱਬ ਨੂੰ ਚੰਗਾ ਤੇ ਹਜ਼ੂਰ ਨੂੰ ਵੀ ਚੰਗਾ ਨਹੀਂ ਲੱਗਦਾ। ਅੱਲਾ ਸਾਨੂੰ ਹਜ਼ੂਰ ਦੀ ਇਤਬਾਰ ਤੇ ਪਰਵਾਹ ਮੁਤਾਬਿਕ ਸ਼ਾਮਿਲ ਤੇ ਕਾਮਿਲ ਰੱਖੇ ਤੇ ਹਬੀਬ ਦੇ ਸਦਕੇ ਹੋ ਜਿਹਾ ਨੇਕ ਮੈਂ ਆਪਣਾ ਸ਼ਿਰਕਤ ਦੀ ਮੌਕੂ ਹੁਣ ਸਫ਼ਾ ਬਣਾਵਾ ਕਿੱਥੇ ਬਣਾਵੇ ਮੈਂ ਕਿਹਾ ਤੁਹਾਨੂੰ ਆਪ
ਸਾਰੇ ਜਗ ਦੇ ਵਿੱਚ ਪੁਕਾਰ ਪੈ ਗਏ ਅੱਜ ਸ਼ਾਹੀ ਅਮਨ ਸ਼ੂਰ ਆਇਆ ਰੱਬ ਉੱਲਾ ਤੁਲ ਦੀਦਾਰ ਵੀ ਰਾਤ ਅੰਦਰ ਝੁਕਣ ਹੋਰ ਆਇਆ ਕਿਆ ਪਾਠ ਮਹੱਲ ਨਾ ਸ਼ੇਰਵਾਦਾ ਕੋਏ ਤੂਰ ਨੂੰ ਅਜਮਲ ਸੁਰੂਰ ਕੋਏ ਤੂਰ ਨੂੰ ਅਜਮਲ ਸੁਰੂਰ ਆਇਆ ਸੋਹਣਾ ਸਤਿਨ ਰਸੁਲ ਨਾਲੇ ਸਰਵਰੇ ਕੁਲ ਦੋ ਜਹਾਨਾਂ ਦੀ ਰਹਿਮਤ ਬਸ਼ੀਰ ਆ ਗਿਆ ਅਰਸ਼ ਫਰਸ਼ ਖੁਸ਼ੀ ਹਰ ਤਰਫ ਰੋਸ਼ਨੀ ਭਾਗ ਜਾਗੇ ਸਿਰਾਜ ਮੁਨੀਰਾ ਦਿਆ ਅਰਸ਼ ਫਰਸ਼ ਖੁਸ਼ੀ ਹਰ ਤਰਫ ਰੋਸ਼ਨੀ ਭਾਗ ਜਾਗੇ ਸਿਰਾਜ ਮੁਨੀਰਾ ਦਿਆ ਇਹਦਾ ਰਾਜਾ ਹੈ ਆਲਮ ਸਾਰੇ ਆਲਮ ਸਾਰੇ ਦੇਵ ਜੀ ਕਿਹੜੀ ਤਾਕਤ ਹੈ ਉਂਗਲੀ ਇਸ਼ਾਰੇ ਦੇ ਵਿੱਚ ਚੰਨ ਨੂੰ ਤੋੜਨਾ ਤੋੜ ਕੇ ਜੋੜਨਾ ਮੌਜ ਦੇ ਲਖਾਂ ਲੈ ਦੇ ਨਵੀਰਾ ਗਿਆ
ਇਹ ਮਾਲਿਕ ਜਿਸ ਮਾਤੇ ਜਾਨਾ ਦਾਏ, ਇਹ ਮਾਲਿਕ ਜਿਸ ਮਾਤੇ ਜਾਨਾ ਦਾਏ, ਇਹਦੇ ਹੋਣੇ ਸੀ ਹੋਣਾ ਜਹਾਨਾ ਦਾਏ। ਇਹ ਹੈ ਲਾਗਾ ਲੋਕਾਂ ਬੜੇ ਦੂਰ ਸਾਰਾ ਗੜੀ ਚਮਕਾ ਚਾਂਦ ਉਸ ਦਿਲ ਅਫਰੋਜ਼ ਕੁਦਸ ਕੀ ਪਤੀਆਂ ਪਤਲੀ ਪਤਲੀ ਗੁਲੇ, ਕੁਦਸ ਕੀ ਪਤੀਆਂ ਹੱਸ ਪੜੇ, ਜਿਸਕੀ ਤਸਕੀ ਸਰੋਦੇ ਹੱਸ ਪੜੇ, ਉਸ ਤਬਸਮ ਕੀ ਯਾਦ ਆਕਾ ਤੇਰੀ ਆਰਜ਼ੂ ਮੈਂ ਜੀਨਾ, ਔਰ ਤੇਰੀ ਦੋਸਤ ਜੂ ਮੈਂ ਮਰਨਾ, ਯਹੀ ਮੈਂ ਮੇਰੀ ਜ਼ਿੰਦਗੀ ਹੈ, ਔਰ ਯਹੀ ਮੇਰੀ ਬੰਦਗੀ ਹੈ। ਯਾ ਰਬੀ ਸਲਾਮ ਅਲੈਕਾ, ਯਾ ਰਸੂਲ ਸਲਾਮ।
محمد آقا تیری دستگیریوں کے مجھے کیا دکھ پرواہ اور مجھے کیا غم زمانہ یا نبی سلام محبت بھرے جملوں کا صدقہ، اپنے حبیب کی مد و سرا کا صدقہ، مالک میلاد شریف کے اس مہینے کا صدقہ، ذکر مصطفیٰ کا صدقہ اور درود کے طائف کا صدقہ، مالک ان اٹھے ہوئے ہاتھوں کی دلی تمنا ہے، جو مریض ہے انہیں شفا دے، جو بے قرار ہے انہیں قرار دے، جو بے چین ہے انہیں چین عطا فرما، الہی بگڑے مقدروں کے مقدر صحیح، الہی ہمارے اسبابوں میں برکت ڈال، الہی امتحانوں سے نجات دے، مولا پاکستان کو سلامتی ہے بنا، مالیان پاکستان کو بھلی راہوں پہ چلا، الہی اس خطہ پاکہ میں اسلام کا دور دورہ رہے، دین برحق کی بلندیاں رہیں، الہی ہمیں ہر قسم کی ٹوٹ پھوٹ سے بچا، دہشت گردیوں سے بچا، بدامالوں کی بدامالیوں سے بچا، بھلی راہوں پہ چلا، صلی اللہ تعالی علی سیدنا و مولانا محمد و علیہ وا صحابہ اجمعین. السلام کرتے ہوئے ہمارا مالک اس شہید کچھ روح کا صدقہ تذکرہ جات ہوئے ماہ مبارک میں تشریف لائے بھی اور لے بھی گئے، ان کی آمد کا صدقہ انسان کا ہمیں دولت ایمان دے، محبت اسلام دے، نئے کاموں کی توفیق عطا فرما، الہی ہم شر اور فتنوں سے محفوظ، مولا ہم جیے تو مسلمان، مرے تو ایمان پہ مرے، الہی ہمارے خاتمے بالخیر، الہی ہماری قلبی پریشانیاں دور، الہی ناگہانی مصیبتوں سے محفوظ، الہی ناگہانی مصیبتوں سے، الہی ناگہانی مصیبتوں سے، الہی ہر فاصلہ خیریت سے منظور، الہی ہر مراد مند اپنی جائے گا، مالک دنیا سے چلے جانے والوں کی مغفرت،
آمین. انہیں جوار رحمت میں جگہ دے، موجود ہے مالک، انہیں اپنی محبت اپنے حبیب کے ساتھ عطا. آمین. اللہم اجعل حبک فی قلبی محب نبی کا فی قلبی محب عمل یسعد لی ہے. آمین. ربنا انک رؤوف آمین. بلائی ہماری پریشانیاں دور، مولا بے قراریاں دور، بے چینیاں دور. آمین. مالک امن و سلامتی، مولا اپنے حبیب کا صدقہ بد نصیبوں کو خوش نصیب. آمین. مولا بگڑے مقدروں کے مقدر صحیح فرما. آمین. مالک روزگاروں میں برکت دے دا. آمین. بلائی حبیب کا صدقہ امن و چین دا. آمین. دولت امام سے نواز. آمین. مالک ان پرانی نگریوں کو بھلی راہوں پہ کام کر. صلی اللہ تعالی علی سیدنا و مولانا محمد و آلہ و اصحابہ اجمعین. حضور دے مزار تے جایا کرتے سی، جڑے تھی اللہ والے کو جانتے ہو تے مولوی صاحب آتے بھی وہ دوجے کچھ آخر رہے. وہ گئے جناب بھائی جی دوستانی کے بازار سے، روز جاتے ہیں فیض ملتا ہے. ایک دن گیا کہ مزار پر انوار جڑا سی برف نال ٹنگ ہو، جناب پور آسن کچھ پریشان جہ کھڑے ہوئے. جناب رومی فرمانے نال خطیرا بانگ آمد شاہ کھڑی قبرستان جو آواز آئی میں تیرا پیر زندہ ہے، تیرا پیر ہے. ہاں آزو کا قید تسایا نہیں، ہاں میں تین بلانا تو کیوں پریشان. جناب ابو الحسن مزار سے پہنچ گیا جڑا برف نال چکیا سی. سنو علامہ اقبال نے جس ایک نسخہ لکھا ہے، آپ فرمانے ہیں یہ نقطہ میں نے سیکھا ابو الحسن سے، جہاں مرضی نہیں مر کے موت جسم سے بارد ہوتی ہے. فرما کون کہتا ہے کہ مومن مر رہے ہیں، قید سے چھوٹے وہ اپنے گھر میں. اور یہ اللہ صرف ہے دنیاوی قیدوں پر جسم کو چھٹ دین، موت جسم سے بارد ہوں سے بارد ہے. قربان جاواں جناب ابو الحسن نے انہوں نے مزار پر انوار تو فائد لیا، اور اللہ والے اندر مقابر تھے اج بھی فائد لیندے، وہ اج بھی اپنی قبرات زندان. فرما کرتا ہوں حل مشکل عالم، بے اسم مگر ناخن کی طرح اللہ تعالیٰ حبیب دے صدقے انہاں دیاں موتاں سرشار رکھے، انہاں دیاں توجہاں نال ساڈیاں بلاں تے پتاواں معاف تے ساڈے لمبے لمبے سفر برائی دا دریا بن جا. واخر دعوانا الحمدللہ. یہ جس نے کوئی منت منی یا جن کوئی بدلی بیماری ہے جتا فادے اس ثبوت دے دے، وہ بے شک آوے بچے آتے صاف کرتے نماز نہیں پڑھتی، صبح سان اٹھنا پہنتا، اتنے آدمی کتوں لے آئیے جڑے گرو کراون ویڑے پلیت کر دیا. اللہ حبیب دے صدقے اپنی کریمیت دے صدقے انہوں نے عقل دے تے مردانوں جس ویلے آخر میں جانا آخو تو نہیں جانا، اتنے علم دیا محفل میرے شروع پیدل چل کے گھوڑیاں تے چل کے
تبلیغاں کیتیاں دشت تو دشت ہے جنگل بھی نہ چھوڑے ہمیں سارے ظلمات میں دوڑا دیے گھوڑے پر تھک گئے جہالت نے تھکا دیتا کس نے اپنا علم بلا تے تقوا تے حیثیت اس فقر پیچھے قربان کی پر شہدیاں نے وقت سے نمازا نہیں ہوتے انہوں نے کھانا کھلانے کھوتے جماعت لایا مولانا نے تقریر فرمائی تھی مولوی غلام حیدر صاحب نے رات میں ایک مشہور مقولہ ہے کہ ان علموں کے جواب لکھبر مرحوم نے اپنی تسلیم فرمایا علم را اس کی تسلیم کی بس بس دل دل علم را پر دل سے نہیں جا رہے بابت علم را پر تن سے نہیں جا رہے بابت اس میرے سارے علم آئے لارا علوم کے فاضل سن حضور کو حاضر ہوئے کچھ مسائل آپ نے ہولے ہولے جان فرما فرما ماں مولوی نہ ہوتا پر مسئلہ دستا پر کیونکہ پیر یاد سے بھی پر وہ علم دے فضیلت میں نہیں گزا سکتا وہ اللہ والا ہوں گا فرما اس واسطے وہ علامہ مرحوم فرمانے کے ان کی راہ سکتی ہے شمع کچھ کا تو مرد نسل سے نہیں برائی کا ذرا ہوتا ہے جو دل کے سنوں مولوی نہ ہوتا پر مسئلہ دستا غلام حیدر صاحب نے دسیا میرے بزرگوں نے خاندان نے بھی حضور دیا دعوا دتا ہے عالم ابن عالم چلے آئے اللہ تعالیٰ انہوں نے محبت بھری تقریر تو سانوں نصیحت دے دے تاں دل نوں روشن کرے سانوں ہمیشہ دی حاضری دا شرف نعرہ تکبیر نعرہ رسالہ زندہ باد اللہ والے مبارک نہ سنا میں ہوں صاحبزادہ صاحب نال جس طرح کیتا بے اللہ نے بڑی چھٹی دیتی ہوں پہلے کھانا کھوا لیے تے نماز جو اسی پڑھنے ہیں دو بجے کتنے بجے تے اج حافظ صاحب کا پیر کریں گے بھائی وہ سوا دو بجے آرام دے دیں تے ٹائم پونے ترائے جماعت ہو جائے تاکہ جانے والے قافلے ہیں تو جنہوں نے جلدی ہے کہنا نوا کوئی خیال ہو ਜਿਹਨਾਂ ਨਾਲ ਬੱਸ ਲਿਆਂਦਾ ਉਹ ਆਉਂਦਾ ਤੇ ਖਾਬੜਾ ਜੀ ਕੁਝ ਹੋਰ ਵੀ ਲਿਆ ਜਿਹਨਾਂ ਨੇ ਕੱਲ੍ਹ ਰਾਤੀ ਸਾਈਆਂ ਨੂੰ ਪੂਰੀ ਰਾਤ ਸੋਣੀ ਨੌ ਵਜੇ ਕਾਫਲਾ ਬਾਰਾਂ ਵਜੇ ਕਾਫਲਾ ਇੱਕ ਵਜੇ ਕਾਫਲਾ ਸਮਝਿਆ ਉਹ ਕੁਝ ਛੁੱਟੀਆਂ ਕੁਝ ਗਈਆਂ ਕੁਝ ਆਣ ਗਈਆਂ ਉਹਨਾਂ ਦੀ ਫੁਰਸਤ ਬਰਸਤ ਆਉਣੀ ਚੱਲ ਰਹੀ ਹੁਣ ਸਭ ਤੋਂ ਪਹਿਲਾਂ ਕਿਹੜੀਆਂ ਜਮਾਤਾਂ ਖਾਣਾ ਖਾ ਲੈਣਾ ਕੁਝ ਸਿਆਲਕੋਟ ਗੁਜਰਾਤ ਸਮੌਰ ਸ਼ਰੀਫ ਔਰ ਸੁਲਤਾਨਾ ਬਾਕੀ ਤੁਸੀਂ ਗੁਰੂ ਕਰੋ ਮਸਜਿਦ ਚਲੇ ਚਲੋ
ਯਾਰ ਅਦਰ ਸ਼ਰੀਫ ਤੇ ਕੁਝ ਦੁਆ ਕਰ ਲਓ, ਸਾਨੂੰ ਸਲਾਮ ਪੜ ਲਿਆ, ਉਸ ਤੋਂ ਬਾਅਦ ਜੋ ਜੋ ਤਰਤੀਬ ਨਾਲ ਆਵਾਜ਼ ਦਿੱਤਾ ਜਾਏਗਾ ਖਾਣਾ ਖਾਓਗੇ ਫਿਰ ਨਮਾਜ਼ ਦੇ, ਉਸ ਤੋਂ ਆਖਿਰ ਦੋ ਹਜ਼ਾਰ ਨਮਾਜ਼ ਪੜ ਲੈਣ, ਇੱਕ ਸੂਫੀ ਮੁਹੰਮਦ ਹਾਸ਼ਮ ਨਜ਼ਰ ਆਲੀ ਔਰ ਇੱਕ ਨੰਨਾ ਨਾਇਲ ਕਰੂ ਔਰ ਇੱਕ ਨੰਨਾ ਮਾਹੌਰੂ ਗੁਰੂ ਸਾਹਿਬ ਦਾ ਪ੍ਰਗਮ ਔਰ ਸੂਫੀ ਹਾਸ਼ਮ ਸਾਹਿਬ ਨਾਲ ਫਿਰ ਸਲਾਮ ਪੜਨਾ ਪੜੀ ਗਈ ਜਨਾਬ ਅਲੀ ਕਰਮ ਅੱਲਾ ਮਜਬੂਰ ਕਰੀਮ ਔਰ ਜਨਾਬ ਫਾਤਿਮਾ ਜ਼ਹਰਾ ਆਇਸ਼ਾ ਸਦੀਕਾ ਤਕਲੀਆ ਆਲੀਆ ਨਕਸ਼ਬੰਦੀਆਂ ਕੇ ਸ਼ੇਖਰ ਜਨਾਬ ਬਾਲੀ ਗੁਸਤਾਮੀ ਜਨਾਬ ਬੁਲਹਸਾਨੀ ਜਨਾਬ ਅਬਦੁਲ ਮਨਸੂਰ ਮਾਤਰੀ ਜੀ ਜਨਾਬ ਅਬਦੁਲ ਖਾਲਿਕ ਜਵਾਨੀ ਜਨਾਬ ਯੂਸਫ ਕੇ ਜਨਾਬ ਨਕਸ਼ਬੰਦ ਬੁਖਾਰੀ ਕੇ ਹਜ਼ੂਰ ਮੇਂ ਔਰ ਖਸੂਸੀਅਤ ਸੇ ਜਨਾਬ ਬਾਕੀ ਦੇ ਲਾਦੇ ਵੀ ਜਨਾਬ ਕਯੂਮ ਅਬਦੁਲ ਮੁਜੱਦਦ ਅਲਸਾਨੀ ਫਰੰਦੀ ਕਯੂਮ ਸਾਲਿਸ ਜਨਾਬ ਉਗਵਤ ਮੁਸਤਾ ਮਾਸੂਮ ਸਾਹਿਬ ਔਰ ਜਨਾਬ ਔਰ ਕਯੂਮ ਰਾਬ ਸਾਲਿਸ ਔਰ ਕਯੂਮ ਰਾਬ ਕੇ ਹਜ਼ੂਰ ਮੇਂ ਪੇਸ਼ ਹੋ ਔਰ ਸਿਰ ਸ਼ਾਹ ਜਮਾਲ ਉੱਲਾ ਰਾਮਪੁਰੀ ਸ਼ਾਹ ਈਸਾ ਗੰਡਾਪੁਰੀ ਸ਼ਾਹ ਫੈਜ਼ੁੱਲਾ ਵਲੀਉੱਲਾ ਤਿਰਾਹੀ ਹਜ਼ਰਤ ਖਾਜਾ ਸ਼ਾਹ ਨੂਰ ਮੁਹੰਮਦ ਸਾਹਿਬ ਹਜ਼ਰਤ ਖਾਜਾ ਸ਼ਾਹ ਦੀਨ ਮੁਹੰਮਦ ਸਾਹਿਬ ਹਜ਼ਰਤ ਖਾਜਾ ਸ਼ਾਹ ਫਕੀਰ ਮੁਹੰਮਦ ਸਾਹਿਬ ਹਜ਼ਰਤ ਖਾਜਾ ਸ਼ਾਹ ਮੁਹੰਮਦ ਸਾਹਿਬ ਔਰ ਫਿਰ ਮੇਰੇ ਫਜ਼ੀਲਤ ਮਾਂ ਗ੍ਰਾਮੀ ਕਦਰ ਦਾਦਾ ਪਰਦਾਦਾ ਮੁਹਤਰਮ ਰਹਿਮਤੁੱਲਾ ਲੈ ਕੇ ਹਜ਼ੂਰ ਮੇਂ ਔਰ ਦਾਦਾ ਮੁਹਤਰਮ ਹਜ਼ਰਤ ਪੀਰ ਦੀਦਾਰ ਸ਼ਾਹ ਸਾਹਿਬ ਕੇ ਹਜ਼ੂਰ ਮੇਂ ਔਰ ਵਾਲਦ ਮੁਹਤਰਮ ਮਲਾਮਾ ਜਮਾ ਗੌਸੇ ਦੌਰਾਨ ਪੀਰ ਅਹਿਮਦ ਸ਼ਾਹ ਸਾਹਿਬ ਜੁਰਾਏ ਜੀ ਕੇ ਅਮੀਨ ਔਰ ਫਾਜ਼ਿਲ ਨੌਜਵਾਨ ਸਾਹਿਬ ਜ਼ਾਦਾ ਖੁਸ਼ਬੇ ਹਾਂ ਕਿ ਸ਼ਹਾਦਤ ਹੈ ਸ਼ਾਹ ਸਾਹਿਬ ਜੁਰਾਏ ਜੀ ਔਰ ਜਿਤਨੇ ਗੌਸੋ ਕੁਸਮੋਂ ਕੇ ਹਜ਼ੂਰ ਮੇਂ ਯਹ ਸਵਾਲ ਪਹੁੰਚੇ ਮਾਲਕ ਉਨਕੀ ਤੁਸੀ ਰੂਹੋਂ ਕਾ ਸਦਕਾ ਹਮਾਰੀ ਭੁਲੇ ਔਰ ਖਤਾਏ ਮਾਫ ਜਿਦਾਈ ਹਮਾਰੀ ਬਿਗੜੀਏ ਬਨਾ ਹਮਾਰੀ ਮੁਸ਼ਕਲੇ ਆਸੋ ਫਰਮਾ ਹਮਾਰੀ ਜਾਇਦ ਮਰਾਦੇ ਜਿਦਾਈ ਹਮ ਜੀਏ ਤੋ ਮੁਸਲਮਾ ਮਰੇ ਤੋ ਇਮਾਮ ਤੇ ਮਰੇ ਜਿਦਾਈ ਹਮਾਰੇ ਖਾਤਮੇ ਮਿਲ ਖਾਏ ਜਿਦਾਈ ਹਮਾਰੀ ਕਲਬੀ ਪਰੇਸ਼ਾਨੀਆਂ ਦੂਰ ਜਿਦਾਈ ਦਾਦਾਹਾਂ ਮੁਸੀਬਤ ਤੋ ਸਲਾਮ ਜਿਦਾਈ ਬੁਲੰਦੀ ਇਸਲਾਮ ਜਿਦਾਈ ਇਸਤੇ ਕਾਮੇ مالک جو بے اولاد ہے وہ صحابہ آمین جن کی اولادیں رلینا نہیں انہیں اولادیں رلینا آمین
جن کی اولادیں بخشی ان کے بخت کا مقدر ہو. الہی ہمارے اسباب بنا, ہمارے اسبابوں میں برکت دے رہا. الہی نیکی کے ارادوں کو بنا. مالک جو جو قافلے یہاں ان کی حاضری ہے قبول. سچے مالک انہیں آئندہ میں مالک جن جن دوستوں نے وعدہ کیا کہ آئندہ سال مشکلات نہیں آئیں, اور ہمارے قافلے منتظمہ جماعت کے بعد جو فیصل آباد کی ہے وہ آیا کرے. منتظمہ جماعت ہمیشہ 20 کی صبح کو آتی, 30 تاریخ کو گویا کے قافلے 20 تاریخ کی صبح کے بعد آیا کرے, تاکہ ان کی جیسے کل سیالکوٹ, گجرات اور شیخوپورہ اور حافظ آباد کے قافلے پہنچے, اللہ باقی دوستوں کو بھی کچھ وقت میں آنے کی توفیق دے. الہی ان رشتہ داروں کو حبیب کے صدقے قبولیت پیدا کرنا, اور مالک جو جو ہمارے دوست جائزہ سمجھنا لے کے آئے اسی کے لیے کرنا. الہی یہ قافلے آپ کے رہیں. جلسے والے گھبرا نہ جائیں, اور جب جلسہ مکمل ہو گیا تو خارج کائنات عیسیٰ مسیح کو کہا تم جا کے تاریخ کی صدارت کرو اور لوگوں کو کہو اب میرے بعد صدر جلسہ ہی آئے گا اور کوئی نہ آئے گا, گھبراؤ نہیں. انی مبشرم برسولی جاتی من بعد اسمہ احمد. جب جلسہ مکمل ہو گیا, کرسی خالی ہو گئی, تو کہا خدا نے کہ اے صدر جلسہ, اے روح جلسہ, اے مقصود کائنات, اے میلاد کے جلسے کی رونق, تم جا کے کرسی پہ بیٹھ جاؤ تاکہ میلاد کا جلسہ مکمل ہو جائے. پھر آج کے دن آ گیا جس کا نہیں ہے کوئی شانی وہ رسول, اور روح خلوت پر ہے جس کی حکمرانی وہ رسول, اور جس کے ہر تیور میں شانے آسمانی وہ رسول, اور موت کو جس نے بتایا زندگانی وہ رسول, اور محفلِ صفا کی وہ وحشت کو برہم کر دیا جس نے پونا شام تلواروں کو مرہم کر دیا. میرے دوستو, آج ظہور مصطفیٰ کا مہینہ ہے, وجود مصطفیٰ کا مہینہ نہیں. کملی والا اس وقت بھی تھا جب کائنات کی کوئی چیز موجود نہ تھی, آج کملی والے کے ظہور